सरपंच भी ना सारे पिंड दे काम कराउंदा है। अज तां मैं भी अपना काम सरपंच तों करवा के सां लो। हड्डा काम नहीं करूगा तां सरपंच होर करूगा किदा? सारे पिंड च सारे पिंड दे कम ही बड़े सवार थे। परमात्मा करदा अपना जेड़ा हक ओह जे करी जांदे आ बस। ओह तां ठीक है जी। ਉਹ ਜਿਹੜੇ ਤੁਸੀਂ ਪਾਰਕ ਬਣਾਇਆ ਬੜਾ ਉਹਦੇ ਕਿੱਲੇ ਲਾ ਤੇ ਪਾਰਕ ਬਹੁਤ ਸੋਹਣਾ ਬਣਾਤਾ ਤੁਸੀਂ। ਮੈਂ ਤਾਂ ਰੋਜ਼ ਜਾਂਦੀ ਹਾਂ ਉੱਥੇ ਟਹਿਲਣ। ਹਾਂਜੀ ਮੈਂ ਤਾਂ ਉੱਥੇ ਜਾ ਕੇ ਤੁਹਾਨੂੰ ਯਾਦ ਕਰਦੀ ਹਾਂ। ਮੈਂ ਕਿਹਾ ਤਾਂ ਸਰਪੰਚ ਸਾਹਿਬ ਨੇ ਬੜਾ ਵਧੀਆ ਕੰਮ ਕਰਤਾ। ਚਲੋ ਭਾਈ ਚੰਗੀ ਗੱਲ ਆ। ਹਾਂਜੀ ਤਾਂ ਹੀ ਬਣਾਇਆਗਾ ਜੀ ਤੇ ਵੀ ਉਹਦਾ ਵਾਕੇ ਵੀ ਚੱਲ ਪਿੰਡ ਵਾਲੇ ਆਪਣੇ ਸਾਰੇ ਜਾ ਕੇ ਭਾਈ ਉੱਥੇ ਦੁੱਖ ਸੁੱਖ ਕਰ ਲੈਂਦੇ ਬਹਿ ਜਾਂਦੇ ਆ। ਹਾਂਜੀ ਤੇ ਤਾਂ ਬਹੁਤ ਸੋਹਣਾ ਕੰਮ ਕੀਤਾ ਸਾਰੀਆਂ ਗਲੀਆਂ ਨਾਲੀਆਂ ਦਾ ਪਿੰਡ ਦੇ ਬੱਲੇ ਬੱਲੇ ਹੋਈ ਪਈ ਹੈ ਤੁਹਾਡੀ ਤਾਂ। ਚਲੋ ਜੀ ਚੰਗੀ ਗੱਲ ਆ ਜਿਹੜਾ ਤੁਸੀਂ ਸਾਨੂੰ ਵਧੀਆ ਸਮਝਿਆ। ਸਰਪੰਚ ਸਾਹਿਬ ਤੁਸੀਂ ਤਾਂ ਟੋਬੇ ਵਾਲਾ ਕੰਮ ਬੜਾ ਵਧੀਆ ਕਰਤਾ। ਪੈਸੇ ਤਾਂ ਚਲੋ ਲਾਤੇ ਤੁਸੀਂ 30-40 ਲੱਖ ਰੁਪਇਆ ਪਰ ਨਜ਼ਾਰਾ ਲਿਆਤਾ ਗੰਦਾ ਪਾਣੀ ਅੱਡ ਸਾਹ ਪਾਣੀ ਅੱਡ ਬਹੁਤ ਵਧੀਆ ਕੰਮ ਕੀਤਾ ਜੀ ਇਹ ਤਾਂ ਤੁਸੀਂ। ਸਾਰੇ ਪਿੰਡ ਚ ਹਰਾ ਹਰਾ ਪਿੰਡ ਕਰਤਾ ਫੁੱਲ ਬੂਟੀਆਂ ਲਾ ਕੇ। ਆ ਤਾਂ ਤੁਹਾਡੇ ਗੁਣ ਗਾਉਂਦੇ ਨੀ ਥੱਕਦੇ। ਸਰਪੰਚ ਸਾਹਿਬ ਮੈਂ ਵੀ ਇੱਕ ਕੰਮ ਜਾਈ ਸੀ ਤੁਹਾਡੇ ਤੱਕ। ਦੱਸੋ ਭਾਈ ਆਪਾਂ ਕੰਮ ਕਰਨ ਵਾਸਤੇ ਬੈਠੇ ਸੋਨੂੰ ਕੀ ਲੋੜ ਪਈ ਕੰਮ ਦੀ? ਐਡੇ ਵੱਡੇ ਬੰਦੇ ਆ ਤੁਸੀਂ। ਕੰਮ ਤਾਂ ਜੀ ਮੈਂ ਕਹਿੰਦੀ ਸੀ ਵੀ ਜੇ ਮੇਰਾ ਵੀ ਆ ਤੁਸੀਂ ਕਣਕ ਵਾਲਾ ਕਾਰਡ ਜਿਹਾ ਬਣਵਾ ਦਿੰਦੇ ਉਹਦੀ ਮਾਦਾ ਮਾਰ ਦੋ ਘੁੱਗੀ ਜੀ। ਹਾਂਜੀ ਕਮਾਲ ਆ ਜੀ ਸੋਨੂੰ ਕਣਕ ਦੀ ਲੋੜ ਆ ਤੁਹਾਡੇ ਕੋਲ ਸਾਰੇ ਗਰੀਬ ਰਾਜ ਰੱਜ ਕੇ ਜਾਂਦੇ ਆ ਤੂੰ ਕਹਿੰਦੀ ਸਾਡਾ ਕਣਕ ਵਾਲਾ ਕਾਰਡ ਬਣਾ ਦਿਓ। ਇਹ ਭਾਈ ਤੁਸੀਂ ਗੱਲਾਂ ਕਿਵੇਂ ਕਰੀ ਜਾਂਦੇ ਹੋਗੇ? ਤੁਹਾਡਾ ਭਾਣਾ ਦਾ ਕਾਰਡ ਕਿਵੇਂ ਬਣ ਜੂ? 10 ਕਿੱਲੇ ਤੁਹਾਡੇ ਕੋਲ ਜ਼ਮੀਨ ਦੇ ਆ। ਲੈ ਸਰਪੰਚ ਤੈਨੂੰ ਕੀ ਹੋਣ ਲੱਗਿਆਗਾ ਅਸੀਂ ਵੀ ਫਰੀ ਦੀ ਖਾ ਲਾਂਗੇ। ਲੈ ਉਹ ਫਰੀ ਦੀ ਵੀ ਖਾਂਦੇ ਆ ਹੁਣ ਵੀ ਫਰੀ ਦੀ ਆ ਤੁਹਾਡੇ ਕੋਲ ਤਾਂ ਹੁਣ ਕਿਹੜਾ ਕੀ ਆਉਂਦਾ ਇੰਨੇ ਨਹੀਂ ਛੋਟੇ ਬਾਰੇ ਕਣਕ ਆਉਂਦੀ ਆ ਆ ਤੁਸੀਂ ਕਿਸੇ ਭਾਈ ਗਰੀਬ ਨੂੰ ਖਾ ਲੈਂਦੇ ਕਿਉਂ ਕਿਸੇ ਗਰੀਬ ਦੇ ਮੂੰਹ 'ਚ ਖੋਣੇ ਹੋਗੇ? ਜੇ ਕੋਈ ਕੰਮ ਕਰਨਾ ਹੁੰਦਾ ਤਾਂ ਮੈਂ ਕਰ ਦਿੰਦਾ ਤੁਹਾਡਾ ਤਾਂ ਆਪਦੀ ਹੱਕ ਬਣਦਾ ਤੁਹਾਡੇ ਕੋਲ ਇੰਨੀ ਕਣਕ ਆਉਂਦੀ ਆ ਅੱਜ ਜਦੋਂ ਕਣਕ ਆਉਂਦੀ ਨਾ 100 ਮਣ ਕਣਕ ਗਰੀਬਾਂ ਦੇ ਵੰਡ ਕੇ ਆਇਆ ਕਰੋ ਤੁਸੀਂ ਆਪਦੀ ਕਾਰਡ ਬਣਾਉਂਦੇ ਫਿਰਦੇ ਹੋ। ਨਾ ਸਰਪੰਚ ਆ ਤੇਰਾ ਕਿਹੜਾ ਢਿੱਡ ਦੁਖਦਾ ਜੇ ਮਾੜੀ ਜੀ ਘੁੱਗੀ ਮਾਰ ਦੇਗਾ। ਲੈ ਭਾਈ ਉਹ ਢਿੱਡ ਪਹਿਲਾਂ ਤਾਂ ਤੁਸੀਂ ਉੱਥੇ ਜਾ ਕੇ ਬੈਠੋ। ਨਾ ਤੈਨੂੰ ਕੰਪਨੀ ਨੂੰ ਘਾਟਾ ਪੈਂਦਾ ਤੇਰੀ ਨੂੰ। ਉਹ ਕੰਪਨੀ ਛੱਡੋ ਭਾਈ ਪਹਿਲਾਂ ਉੱਧਰ ਬੈਠ ਕੇ ਨਾ ਗੱਲ ਕਰੋ ਤੁਸੀਂ ਮੈਨੂੰ ਇੱਧਰ ਵਿੱਚ ਜਮਾ ਘਸੋੜ ਲੈਂਦਾ ਲਿਆ ਲਿਆ ਕੇ। ਮੈਂ ਉਹਨਾਂ ਸਰਪੰਚਾਂ ਦੇ ਸਰਪੰਚ ਉਹ ਜਿਹੜਾ ਸਰਪੰਚ ਨਹੀਂ ਆ ਤੁਸੀਂ ਮੇਰੇ ਨਾਲ ਬੈਠ ਕੇ ਗੱਲ ਕਰੋ ਜਿਹੜੀ ਕਰਨੀ ਹੈ। ਬਾਕੀ ਜਿਹੜੇ ਆ ਰਹੀ ਗੱਲ ਹੈ ਇਹਦੀ ਮੈਂ ਤੁਹਾਨੂੰ ਇੱਕ ਵਾਰੀ ਕਹਾਂ ਤੇ ਚਾਰ ਵਾਰੀ ਕਹਾਂ ਵੀ ਮੈਂ ਇਹਦੇ ਸੈਨ ਸੂਨ ਨਹੀਂ ਕਰਦਾ। ਲੈ ਓਕੇ ਉੱਧਰ ਜਾ ਕੇ ਬੈਠੋ ਬੈਠ ਕੇ ਗੱਲ ਕਰਦੇ ਆ। ਸਰਪੰਚ ਤੇਰੇ ਸਿਰ ਤੇ ਤਾਂ ਨਹੀਂ ਚੜੀ ਜਿਹੜਾ ਇੰਨਾ ਬੋਲੀ ਜਾਂਦਾ ਤੂੰ? ਮੈਂ ਬੋਲਣ ਭਾਈ ਠੀਕ ਹੈ ਤਾਂ ਮੈਂ ਤਾਂ ਇਹ ਕਿਹਾ ਵੀ ਬੰਦਾ ਉੱਧਰ ਸੋਹਣਾ ਲੱਗਦਾ ਬੈਠਾ ਦੋ ਭੈਣ ਭਾਈ ਆ ਜਾਣ ਕੀ ਕਹਿਣਗੇ ਵੀ ਸਰਪੰਚ ਬਰੋਬਰ ਭਾਈ ਬੈਠਾ ਸੀਗਾ ਅਗਲੇ ਤਾਂ ਮੈਨੂੰ ਕਹਿ ਦੇਣਾ ਸੋਨੂੰ ਕੁਛ ਨਹੀਂ ਕਹਿਣਾ ਅਗਲਾ ਉਹਨੂੰ ਤਾਂ ਨਹੀਂ ਪਤਾ ਸੀ ਸਰਪੰਚ ਨੂੰ ਤਾਂ ਪਤਾ ਸੀ ਅਗਲਾ ਮੇਰੀ ਧੌਣ ਤੇ ਬਹਿਜੂ ਆ ਕੇ ਕੱਲ ਨੂੰ ਇੱਥੇ ਛੋਟੀ ਭਾਈ 3 ਭੈਣ ਨੇ ਵੀ ਆਉਣਾ ਘਰੇ। ਤੂੰ ਮੈਨੂੰ ਐਂ ਦੱਸ ਸਰਪੰਚ ਤੂੰ ਮੇਰੀ ਘੁੱਗੀ ਮਾਰ ਦੇ ਕਿ ਨਾ? ਭਾਈ ਮੈਂ ਤਾਂ ਨਹੀਂ ਮਾਰਦਾ ਘੁੱਗੀ ਰਾਜੀ ਰਹੇ ਗੁੱਸੇ ਰਹੇ ਕੋਈ ਗੱਲ ਨਹੀਂ ਘੁੱਗੀ ਮਾਰਨ ਆਏ ਹੁੰਦੇ ਜ਼ਰੂਰ ਮਾਰਨ ਦਾ ਆਹ ਕਾਹਦੀ ਘੁੱਗੀ ਆ 10 ਕਿੱਲੇ ਤੇਰੇ ਕੋਲ ਜ਼ਮੀਨ ਦੇ ਆ ਜਾਣਾ ਘੁੱਗੀ ਨਾ ਪੈ ਜਾਂਦੇ ਮੇਥੋਂ ਵੀ ਬਥੇਰੇ ਲੋਕ ਖਾਈ ਜਾਂਦੇ ਨੇ ਸਰਕਾਰ ਨੂੰ ਜੇ ਅਸੀਂ ਖਾ ਲਾਂਗੇ ਫੇਰ ਕੀ ਹੋ ਜੂ? ਓਹੋ ਮੈਨੂੰ ਪਾਸੇ ਕਿਸੇ ਪਾਸੇ ਦੀਂਦੀ ਤਾਂ ਹੈ ਨਹੀਂ ਕਿ ਤੂੰ ਵੀ ਕਿਸੇ ਪਾਸੇ ਤੈਨੂੰ ਕੁਝ ਖਾਣ ਨੂੰ ਮਿਲਦਾ ਨੀਗਾ ਚਾਰ ਸਪਰੇ ਤਾਂ ਇੱਕੋ ਜਿਹਾ ਪਿਆਗਾ। ਮੈਨੂੰ ਨਾ ਪਿੰਡ ਦੀਆਂ ਬੁੜੀਆਂ ਸਹੀ ਹੋ ਕਹਿੰਦੀਆਂ ਸੀ ਵੀ ਸਰਪੰਚ ਹੈ ਨਹੀਂ ਕਿਸੇ ਕੰਮ ਦਾ। ਭਾਈ ਜੇ ਮੈਂ ਮਾੜਾ ਨਾ ਮੈਂ ਤਾਂ ਜਮਾ ਗੰਡਾ ਤੇ ਲੁੱਟਾਂਗਾ ਤੁਸੀਂ ਇਹਨਾਂ ਚੁੱਪ ਕਰਕੇ ਬੈਠ ਜੂ ਬਸ ਬਸ ਜੇ ਜਾਏਗਾ ਠੀਕ ਹੈ। ਸਾਰੇ ਕਾਸੇ ਦਾ ਤੂੰ ਸੱਤਨਾਸ ਕਰਤਾ ਸਾਡੇ ਸਾਰੇ ਪਿੰਡ ਦਾ। ਆ ਭਾਈ 2 ਮਿੰਟ ਪਹਿਲੇ ਤੁਸੀਂ ਕਹਿੰਦੇ ਮੈਂ ਬਾਹਰ ਹੋ ਜਾਂਦਾ ਹੁਣ ਸਾਰਾ ਕਾਸੇ ਦਾ ਹੁਣ ਤਾਂ ਹੋਊਗਾ ਹੁਣ ਮੈਂ ਕਿਉਂ ਸੈਨ ਨਹੀਂ ਮਾਰੇ ਨਾ ਹੁਣ ਤਾਂ ਸਾਰੇ ਕਾਸੇ ਸੱਤਨਾਸ ਹੋਊਗਾ ਹੁਣ ਤਾਂ ਸਰਪੰਚ ਵੀ ਮਾੜਾ ਹੁਣ ਮੈਂ ਤੇਰੀ ਬਾਹ ਦਾ ਫੜ ਨਹੀਂ ਲੱਗਾ ਤੂੰ ਉੱਠ ਕੇ ਦੁਰਦਾ ਇਥੋਂ। ਮੈਂ ਤਾਂ ਤੈਨੂੰ ਹਵਾ ਦਿੰਦੀ ਸੀ ਸਰਪੰਚ ਸਾਰਾ ਪਿੰਡ ਗਾਲਾਂ ਕੱਢਦਾ ਕੱਢੀ ਜਾਵੇ ਸਾਰਾ ਪਿੰਡ ਕੱਢਦਾ ਤੂੰ ਤਾਂ ਹੀ ਗਾਲਾਂ ਦੇ ਮੈਂ ਕਹੇ ਕੋਈ ਨਹੀਂ ਮੈਂ ਤਾਂ ਹਵਾ ਦੇ ਲੈ ਕੇ ਸਹੀ ਗਾਲਾਂ ਦੀ ਲੈ ਕੇ ਤੂੰ ਉਹ ਆ ਤਾਂ ਜਮਾ ਹੀ ਸਾਰੇ ਆਉਂ ਧੱਕਾ ਗੱਲ। ਨਾ ਕੋਈ ਗੱਲ ਨਹੀਂ ਸਰਪੰਚ ਮੈਂ ਵੀ ਉੱਥੋਂ ਬਾਹਰ ਗਿਆ ਮੁੜ ਕੇ ਆਈਆਂ ਮੇਰੀਆਂ ਕੁਝ ਗੱਲਾਂ ਰਹਿ ਗਈਆਂ ਸੀ। ਹੁਣ ਭਾਈ ਛੋਟਾ ਹੋਰ ਕੀ ਰਹਿ ਗਿਆ ਹਜੇ? ਕੋਈ ਗੱਲ ਨਹੀਂ ਸਰਪੰਚ ਵੋਟਾਂ ਲੈਣ ਤਾਂ ਆਵੇਂਗੀ ਆ ਰਹਿ ਗਏ 3 ਮਹੀਨੇ ਵੋਟਾਂ 'ਚ ਫੇਰ ਪੁੱਛਾਂਗੇ ਤੈਨੂੰ ਕਿਵੇਂ ਲੇਲੜੀਆਂ ਕੱਢੇਗਾ। ਐਤਕੀ ਤੈਨੂੰ ਜਮਾਂ ਵੋਟਾਂ ਨਹੀਂ ਪਾਉਂਦੇ ਜਮਾਂ ਨਹੀਂ ਪਾਉਂਦੇ। ਹਾਂ ਚੱਲ ਭਾਈ ਜੇ ਨਹੀਂ ਪਾਉਂਦੇ ਨਾ ਪਾ ਕੋਈ ਗੱਲ ਨਹੀਂ ਹੁਣ ਤੂੰ ਦੱਸ ਹੁਣ ਮੈਂ ਸਾਈਨ ਨਹੀਂ ਕੀਤੇ ਮੈਂ ਮਾੜਾ ਬਣ ਗਿਆ ਕੋਈ ਗੱਲ ਨਹੀਂ ਮੈਂ ਤਾਂ ਮਾੜਾ ਹੀ ਚੰਗਾ ਜਦੋਂ ਵੋਟਾਂ ਆਉਣਗੀਆਂ ਦੇਖੀ ਜਾਓ ਹੁਣ ਤੂੰ ਚੁੱਪਚਾਪ ਕਰਕੇ ਘਰੇ ਵਗ ਜਾ ਵਧੀਆ ਰਹੇ ਮੈਂ ਵਗ ਜਾਂਦੀ ਹਾਂ ਚੁੱਪਚਾਪ ਕਰਕੇ ਤਾਂ ਤੂੰ ਮੈਨੂੰ ਕਹਿੰਦਾ ਮੇਰੇ ਇੱਧਰ ਹੋ ਕੇ ਬੈਗੀ ਇੱਧਰ ਹੋ ਕੇ ਬੈਗੀ ਨਾ ਮੈਂ ਤੇਰੇ ਕੀ ਨਾਲ ਹੋ ਕੇ ਬੈਗੀ ਕੰਜਰਾ ਨਾ ਵੀ ਲਿਆ ਕਰ ਗਿਰ ਗਿਰ ਤਾਂ ਮੁਸਕ ਮਾਰਦਾ ਤੇਰੇ ਚੋਂ।
ਓਏ ਹੁਣ ਤਾਂ ਤੈਨੂੰ ਭਾਈ ਆਪੇ ਮੁਸ਼ਕ ਮਾਰਦਾ ਮੈਂ ਉਹ ਸਰਪੰਚ ਸਰਪੰਚ ਨਹੀਂ ਮੈਂ ਰੋਜ਼ ਤੜਕੇ 4 ਵਜੇ ਉੱਠ ਕੇ ਨਹਾਉਣਾ ਮੰਦਾ ਪਰ ਮੈਨੂੰ ਤੈਨੂੰ ਦੱਸਣ ਦੀ ਕੀ ਲੋੜ ਮੈਂ ਨਾ ਵਾ ਤੈਨੂੰ ਮੈਨੂੰ ਕੋਈ ਦੱਸਣ ਕੋਈ ਲਿਖਤ ਕਰਨੀ ਹੈ ਮੈਂ ਤਾਂ ਜਮਾ ਇੰਨਾ ਹੁੰਦਾ ਮੈਂ ਤਾਂ ਜਮਾ ਮਾਰਾਂਗਾ ਬਸ ਸਮਝਾਤੀ ਗੱਲ ਜੋ ਵੋਟਾਂ ਹੋਈਆਂ ਦੇਖੀ ਜੋ ਜਾਣਦੀਆਂ ਮੈਂ ਤੈਨੂੰ ਵੱਡੇ ਨਹਾਉਣ ਵਾਲੇ ਨੂੰ ਕੋਈ ਗੱਲ ਨਹੀਂ ਹੁਣ ਤੈਨੂੰ ਸ਼ੇਰ ਨਹੀਂ ਸਵਾ ਸ਼ੇਰ ਹੋ ਕੇ ਟੱਕਰਾਂਗੇ ਸਰਪੰਚਾ ਉਹ ਕੋਈ ਨਹੀਂ ਜਿਵੇਂ ਟੱਕਰ ਨੋਵੇਂ ਟੱਕਰ ਜੀ ਹੁਣ ਤੁਸੀਂ ਵਗ ਜਾਣਾ ਬਹੁਤ ਵਧੀਆ ਹੋਵੋਗੇ कमाल हो गई पी जे काम करना फिर करू जे हूं मैं सरपंच वादू सहन करता फिर इतने देख सौ सौ मन दो सौ मन घर कणक रखते एडा वा परिवार लखा रखी है रब्बा जे कोई गरीब हो तो मैं सैन मार दें चल किला डूढ़ किला जमीन का हो भी कर दें तेरे को दस किले जमीन दे दे मुंडे तेरे बाहर गए पे हाए रब्बा हजे ने नीत भर दी हजे सरपंच माड़ा गा हजे बाबा आए कुदरती आ गया ना जे आना तो मैंने कितने लैके जाती है पता होया पा भरा मुड़के गया सरपंच माड़ा हजे लोगों को जाके की कुछ कहूगी भी मैं सरपंच करे सरपंच ने मेरे नाए कर दस हूँ सरपंच ने की करता ये एक साइन नहीं करे गल सौ बनाऊगी चल हे परमात्मा तेनू पता ना भी मैं सच्चा गा बस सच्चे रहना आप बस कोई कुछ करी जाए अपन सेहत कोई असर नहीं ये सरपंच भी ना बाले भले मानस बनता कहना मैं तो ईमानदारी वाले काम ही करदा मैं जी दस मेरा कार्ड बनवा दिता की होने लग गया तेन सताल बाबी मैं बुढ़िया कह दी कम करके नहीं दिंदा मैं चल मैं देख दी मेरा कम करा दे ईमानदारी झंडी चलाई बेईमानी का कहना मैं एक कम भी नहीं करता ए बंद भी पिंड के बंद कर ही सकता भी कि गल ओही तो गल है भाभी तू टेंशन ना लै है एक बंद भी कौन चनी गल कर पंप दे चली पहुंच बाबा ओदी अच्छा पंप दे पंप ही छिट्टी ओनू बस जिन्हें पंप देंगे उन्हें तेरा कम छेती कर दू बे पंपा की गल है अख मटके तू बाबा कर लेनी माड़ा जा कर दी कुछ नहीं हुंदा काम तेरा हो जू चल देख दी आही गल्ला दा भुखा हो अच्छा चल कोई ना फिर उधर स्कीम ला के देख दिया मैं होर ठीक है भाभी चंगा चंगा जा ही चन्नी कोले ठीक है तो चक ला फोन ये केड़ा फोन चल 40 बारी फोन लादा अज तक चक्या नहीं फोन बाली हिंड दी माड़ी है हेलो हेलो ओ फोन ते चक लिया कर ओ मैं तेरे बगैर घर सुनना लगी जांदा यार है बाली याद आई तेरी दे ओ यार मैं टोपी आई तो बाग ते गई है यार ओ कित्थे है यार ओ यार हुण दो सलाई इन्नी है ओदी भैन नु ले आने कोई इक अद्धी होर ला पला मैं नहीं आंदी हुंदी ओ भी साला लग्गर हुण ओ यार भुखा मरी ना तेरे तेरे जुम्मे मैं फा लेके मरूंगा तेरा नाम लिख के मरू सारे टब्बर नु लाऊंगा मेरे साले नु सारेयां दा नाम लिखूंगा मैं आए कि मैं लिखूंगा जे पेन नाल लिखूंगा और किदे नाल लिखूंगा वोटा लेने तेन पता लगे जितना थोड़ी टीवी बन जाती है तू नहीं बनी किसी की ए थोड़ी बन जाते डंडा चक्की बजना 5 फुट का लाल कर दू मार मार कर दे हल प्रधान हां जी सत श्री अकाल जी हां दसो जी
ਬੇਚੰਨੀ ਹਾਂ ਮੈਂ ਤਾਂ ਤੇਰੇ ਤੱਕ ਇੱਕ ਕੰਮ ਆਈ ਸੀ ਐ ਜੇ ਕਿਹੜਾ ਕੰਮ ਆਇਆ ਵੀ ਮੇਰੇ ਕੋਲ ਮੈਂ ਤਾਂ ਨਾ ਕਣਕ ਵਾਲਾ ਕਾਰਡ ਜਾ ਬਣਵਾਉਣਾ ਸੀ ਉਹ ਕਾਰਡ ਬਣਾ ਮੈਂ ਕਿਹੜਾ ਸਰਪੰਚ ਹੈ ਪਿੰਡ ਦਾ ਸਰਪੰਚ ਕੋਲ ਜਾ ਉਹ ਬਣਾਉਗਾ ਕਾਰਡ ਬੇ ਸਰਪੰਚ ਨਹੀਂ ਹੈਗਾ ਤਾਂ ਬਣਾ ਦਾਂਗੇ ਗੱਲ ਕੀ ਹੈ ਬਣਾ ਦੇ ਸਰਪੰਚ ਹਾਂ ਬਣਾ ਦਾਂਗੇ ਫੁੱਲ ਸਪੋਰਟ ਤੇ ਆ ਤੇਰੀ ਤੇ ਫੁੱਲ ਸਪੋਰਟ ਯਾਰ ਇੱਕ ਗੱਲ ਤਾਂ ਹੈ ਮੋਟਰ ਦੇ ਪਾਉਂਦੇ ਨਹੀਂ ਪਹਿਲਾਂ ਬਣਾ ਰਵਾਤਾ ਤੁਸੀਂ ਮੇਰਾ 15 ਲੱਖ ਲਵਾਤਾ ਬੇ ਨਹੀਂ ਐਤਕੀ ਨਹੀਂ ਹਰਾਉਂਦੇ ਤੈਨੂੰ ਐਤਕੀ ਤਾਂ ਆਪਾਂ ਸਰਪੰਚ ਦੀ ਢੂਹੀ ਭੰਨਣੀ ਹੈ ਢੂਹੀ ਭੰਨੇ ਪਿਛਲੀ ਵਾਰ ਤੇ ਮੈਨੂੰ ਕਹਿੰਦੇ ਤੈਨੂੰ ਵੋਟ ਪਾ ਮੈਨੂੰ ਪਾਈ ਨਹੀਂ ਉਹਨੂੰ ਪਾਈਏ ਵੋਟ ਹੁਣ ਉਹ ਤੋਂ ਕਰਾਊਗਾ ਮੈਂ ਮੂੰਹ ਨਹੀਂ ਕਰਦਾ ਖੁਦਾ ਬੇ ਗੁੱਸਾ ਨਾ ਕਰ ਗਲਤੀ ਤਾਂ ਬੰਦੇ ਤੇ ਹੋ ਹੀ ਜਾਂਦੀ ਹੈ ਹਾਂ ਇਹ ਤਾਂ ਬੰਦਾ ਗਲਤੀਆਂ ਦਾ ਪੁਤਲਾ ਚਾ ਕੋਈ ਗੱਲ ਨਹੀਂ ਭਾਬੀ ਕਿੱਡਾ ਕੰਮ ਤੇਰਾ ਕੀ ਬਣਾਉਣਾ ਦੱਸ ਵੀ ਮੈਨੂੰ ਤਾਂ ਉਹੀ ਚਾਹੀਦਾ ਹੈ ਆ ਕਣਕ ਵਾਲਾ ਕਾਰਡ ਜਾ ਉਹ ਕਣਕ ਵਾਲਾ ਉਹ ਕੀ ਕਰਨਾ ਤੂੰ ਯਾਰ 10 ਕਿੱਲੇ ਤੇ ਹੈਗੇ ਤੇਰੇ ਕੋਲ ਜ਼ਮੀਨ ਦੇ ਬੇ ਪਸ਼ੂਆਂ ਨੂੰ ਪਾ ਲਿਆ ਕਰਾਂਗੇ ਖੁੱਲੀ ਦੁੱਧ ਵੱਧ ਦੇ ਦਿਆ ਕਰਨਗੀਆਂ ਦੁੱਧ ਤੇ ਚਾਹ ਪਿਆ ਕਰੇਂਗੀ ਪਾਜੀ ਤੱਕਾ ਚਲ ਠੀਕ ਆ ਤੇ ਫਿਰ ਤੇਰਾ ਕੰਮ ਹੁਣ ਮੈਂ ਕਿਵੇਂ ਕਰਾਂ ਯਾਰ ਭੈਣ ਦੇ ਮੇਰੇ ਤੇ ਤੇ ਪਹਿਲਾਂ ਵਾਲੀ ਚਾਹ ਲੋਟ ਨਹੀਂ ਆਈ ਅਜੇ ਤੱਕ ਤਜਾਬ ਬਣਿਆ ਪਿਆ ਘਰ ਵਾਲੀ ਰੁੱਸ ਕੇ ਗਈ ਹੈ ਜੇ ਚਾਹ ਪੀ ਲਈ ਤੇ ਬਸ ਫਿਰ ਤੇ ਮੈਂ ਉੱਤੇ ਜਾਊਂਗਾ ਆ ਕਿਵੇਂ ਚੰਨੀ ਇਕੱਲੇ ਗੱਲਾਂ ਆਈਆਂ ਕਰੀਆਂ ਨੇ ਕੀ ਸੋਚਿਆ ਮੈਂ ਸੋਚੀ ਜਾਣਾ ਛੋਟਾ ਕੰਮ ਪਹਿਲਾਂ ਵੀ ਮਹੀਨਾ ਲੱਗ ਜਾਂਦਾ ਉਹਨੂੰ ਮਹੀਨੇ ਦੋ ਲੱਗ ਜਾਂਦੇ ਆ ਮੈਂ ਸੋਚਦਾ ਵੀ 10-15 ਦਿਨਾਂ ਚ ਕਿਵੇਂ ਕੰਮ ਹੋਵੇ ਫੇਰ ਸਰਪੰਚੀ ਦੇ ਵੋਟਾਂ ਪਵਾਏਂਗੀ ਤੂੰ ਮੈਨੂੰ ਪਤਾ ਹੈ ਹੇ ਵੀ ਮੈਂ ਤਾਂ ਤੈਨੂੰ ਦੁੱਧ ਚ ਪੱਤੀ ਪਾ ਕੇ ਪਿਆਇਆ ਕਰੂੰ ਦੁੱਧ ਚ ਪੱਤੀ ਹਾਂ ਠੀਕ ਹੈ ਬਾਬੀ ਰਹਿਣ ਦੇ ਦੁੱਧ ਦੀ ਪੱਤੀ ਮੈਂ ਚਾਹ ਹੀ ਨਾਲ ਲੋਟ ਆ ਉਹ ਘਰ ਵਾਲੀ ਨਾ ਭੱਜ ਗਈ ਮੇਰੇ ਨਾਲ ਯਾਰ ਬਹੁਤ ਔਖਾ ਹੋਇਆ ਪਿਆ ਮੇਰਾ ਤੇ ਯਾਰ ਵੀ ਦੁੱਧ ਪੀ ਕੇ ਹੋਰ ਗੋਰਾ ਹੋ ਜਾਏਗਾ ਉਹ ਗੋਰਾ ਹੋ ਕੇ ਕੀ ਕਰੂੰਗਾ ਲੈ ਸੋਹਣਾ ਲੱਗੇਗਾ ਉਹ ਸੋਹਣਾ ਤਾਂ ਮੈਂ ਪਹਿਲਾਂ ਹੀ ਬਥੇਰਾ ਹਾਏ ਚਲ ਠੀਕ ਹੈ ਭਾਬੀ ਤੂੰ ਐਂ ਕਰ ਹੂੰ ਕਿਵੇਂ ਇਹਨੂੰ ਲਾਰਾ ਲਾਵਾਂ ਚਲ ਭਾਬੀ ਤੇਰਾ ਕੰਮ ਤੇ ਮੈਂ ਕਰਾ ਦੂੰਗਾ ਉਹ ਤਾਂ ਕੋਈ ਗੱਲ ਨਹੀਂ ਤੇ 5-4 ਦਿਨ ਲੱਗ ਵੀ ਜਾਣਗੇ ਕਈ ਵਾਰੀ ਹੁਣ ਮੈਂ ਦੇਖਿਆ ਸਰਪੰਚ ਨਾਲ ਤਾਂ ਮੈਂ ਗੱਲਬਾਤ ਕਰਦਾ ਨਹੀਂ ਹੂੰ ਮੈਨੂੰ ਬੰਦਾ ਪਾਉਣਾ ਪਊ ਕੋਈ ਵਿੱਚ ਥੋੜੇ ਪੈਸੇ ਲੱਗਣਗੇ ਵੀ ਕਿੰਨੇ ਕੁ ਲੱਗਣਗੇ 5-4000 ਰੁਪਏ ਤਾਂ ਲੱਗ ਹੀ ਜਾਂਦਾ ਦੇਖ ਲੈ ਅਫਸਰਾਂ ਫਿਰ ਅਫਸਰ ਜਾਊਗਾ ਹੁਣ ਸਰਪੰਚ ਤੇ ਮੋਹਰ ਲਾਉਣੀ ਨਹੀਂ ਉਹ ਨਕਲੀ ਮੋਹਰ ਬਣਵਾਉਣੀ ਪਊ ਸਾਰਾ ਕੁਝ ਕਰਨਾ ਪਊ ਫਿਰ ਆਪੇ ਉਹ ਕਿਹੜਾ ਸੈਕਟਰੀ ਹੈ ਮੇਰਾ ਯਾਰ ਦੋਸਤ ਹੈ ਉਹ ਕਰੂਗਾ ਫਿਰ ਉਹਦੇ ਸਰਪੰਚ ਤੋਂ ਆਪੇ ਮੋਹਰ ਲਵਾਊਗਾ ਇਹ ਪਾ ਸਰਪੰਚ ਦੋ ਲੰਬਰੀ ਹੈ ਇਹ ਜਾਣ ਕੇ ਨਹੀਂ ਕਰਦਾ ਜਾਣ ਕੇ ਪੈਸੇ ਪੂਸੇ ਲੈ ਲੈਂਦਾ ਫਿਰ ਦੋ ਤਾਂ ਕਰਦਾ ਕੰਮ ਇਹ ਵੀ ਤਾਂ ਬੜਾ ਸੜਿਆ ਹੋਇਆ ਬੰਦਾ ਹੈ ਉਹ ਤਾਂ ਮੈਨੂੰ ਪਤਾ ਹੈ ਇਹ ਜਾਣ ਕੇ ਨਹੀਂ ਕਰਦਾ ਵੀ ਇੱਕ ਵਾਰੀ ਮੈਂ ਜਵਾਬ ਦੇਣਾ ਬਾਅਦ ਚ ਆਪੇ ਪੈਸੇ ਲਾਉਣਗੇ ਵੀ ਸੈਕਟਰੀ ਨਾਲ ਐ ਰਿਸ਼ਵਤ ਲੈਂਦਾ ਇਹ ਹਾਂ ਪੈਸਾ ਖਾਂਦਾ ਵਿੱਚੋਂ ਹੋਰ ਇੰਨਾ ਘਰ ਹੋਰ ਕੌਣ ਪੂਣਾ ਵਾਲਾ ਇੰਨੀ ਕੋਠੀ ਪਾ ਬੈਠਾ ਲੈ ਇੰਨੇ ਕਿੰਨਾ ਕ ਪੈਸਾ 2-2 ਕਿੱਲੇ ਇਹਦੇ ਕੋਲ ਸਹੀ ਗੱਲ ਹੈ ਚੰਨੀ ਤੇਰੀ ਹਾਂ ਤੇ ਮੈਂ ਦੇ ਸ਼ਰੀਫ ਬੰਦੇ ਨੂੰ ਮੈਨੂੰ ਹਰਵਾਤਾ 15 ਲੱਖ ਚ ਤੁਸੀਂ ਮਜਵਾਤਾ ਮੈਨੂੰ ਕੋਈ ਗੱਲ ਨਹੀਂ ਅਗਲੀ ਵਾਰ ਮੈਨੂੰ ਅਮਾਤ ਕੀ ਪੱਕਾ ਰਹਿ ਗਈ ਤਿੰਨ ਮਹੀਨੇ ਵੋਟਾਂ ਚ ਟੈਨਸ਼ਨ ਕਿਉਂ ਲੈਣਾ ਮੈਂ ਆਪ ਜਾਊਂਗੀ ਵੋਟਾਂ ਮੰਗਣ ਤੇਰੇ ਵਾਸਤੇ ਬਸ ਠੀਕ ਹੈ ਫਿਰ ਸੋਹਣੇ ਸੋਹਣੇ ਸੂਟ ਪਾ ਕੇ ਹਾਂ ਚਲ ਠੀਕ ਹੈ ਭਾਬੀ ਸੋਹਣੇ ਪਾਈ ਕਿਸ ਮਰਜ਼ੀ ਪਾਈ ਪਰ ਮੈਨੂੰ ਜਿਤਾ ਦੀ ਮਹਾ ਪੱਕਾ ਜੰਨੀ ਚਲ ਠੀਕ ਹੈ ਚਲ ਭਾਬੀ ਚਾਹ ਪੀਣੀ ਹੈ ਨਾ ਚਾਹ ਤਾਂ ਬਸ ਪਰ ਬਣਾਉਣੀ ਤੈਨੂੰ ਆਪ ਹੀ ਬਣੂ ਉਹ ਵੀ ਨਹੀਂ ਚਾਹ ਮੈਂ ਕਦੇ ਫੇਰ ਪੀ ਜੂੰਗੀ ਤੂੰ ਆ ਮੇਰੇ ਵਾਲਾ ਕੰਮ ਦਾ ਲਾ ਸਰੇ ਠੀਕ ਹੈ ਚਲ ਠੀਕ ਹੈ ਭਾਬੀ ਮੈਂ ਤੇਰੇ ਘਰੇ ਆਉਣਾ ਚਲ ਮੈਂ ਕੰਮ ਕਰਾ ਕੇ ਪੈਸੇ ਤਿਆਰ ਰੱਖੀ 5-4000 ਰੁਪਏ ਫਿਰ ਚਲ ਦੇਖਦੀਆਂ ਜਾ ਕੇ ਕਰਦੀਆਂ ਕੋਈ ਹੱਲ ਫੇਰ ਹੀ ਆਲੂਗਾ ਸੈਕਟਰੀ ਨੂੰ ਫੇਰ ਹੀ ਕੰਮ ਕਰਾਉਂਗਾ ਨਾ ਠੀਕ ਹੈ ਠੀਕ ਹੈ ਹਾਂ ਕੋ ਪੈਸਾ ਵਗੈਰਾ ਅੱਜ ਕੱਲ ਤੇ ਫਿਰ ਤੈਨੂੰ ਪਤਾ ਹਾਂ ਉਹ ਤਾਂ ਹੈ ਭਾਈ ਮਾਰ ਦੇਣਾ ਕੋਗੇ ਲਾਲਚੀ ਵੀ ਸਰਪੰਚ ਨੂੰ 2000-2000 ਰੁਪਏ ਉਹਨੂੰ ਦੇਣਾ ਪਊਗਾ ਕੰਜਰ ਨੂੰ ਫੇਰ ਕਰੂਗਾ ਮੈਂ ਨਹੀਂ ਕਰਦਾ ਉਹ ਠੀਕ ਹੈ ਠੀਕ ਹੈ ਹਾਂ ਚਲ ਠੀਕ ਹੈ ਫਿਰ ਮੈਂ ਚੱਲਦੀ ਹਾਂ ਹਾਂ ਰੱਖੀ ਖਿਆਲ ਮੇਰਾ ਹਾਂ ਤੇਰਾ ਖਿਆਲ ਹੀ ਭਾਬੀ ਤੇਰੇ ਖਿਆਲਾਂ 'ਚ ਹੀ ਵਸ ਮੈਂ ਹੁਣ ਠੀਕ ਹੈ ਤੂੰ ਮੇਰੇ ਘਰ ਵਿੱਚ ਗਈ ਹੋਈ ਹੈ ਲੈ ਭਾਬੀ ਇਹ ਤਾਂ ਬਾਲਾ ਅੱਗੇ ਤੇ ਯਾਰ ਭਾਂ ਦੇ ਹੱਥ ਨੇ ਆਉਂਦੇ ਅੱਜ ਕਿਵੇਂ ਕੰਮ ਕੁਮ ਕਰਾਉਣਾ ਤਾਂ ਹੀ ਹੈ ਕੋਈ ਗੱਲ ਨਹੀਂ ਮੇਰਾ ਨਾਮ ਚੰਨੀ ਆ 15-20 ਹਜ਼ਾਰ ਚ ਨਾ ਰਗੜੀ ਨਾ ਆ ਮੈਡਮ ਇਹ ਕਿਵੇਂ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਹੋ ਵਧੀਆ ਠੀਕ ਠਾਕ ਤੇ ਇੱਥੇ ਕਿਵੇਂ ਅੱਜ ਇੱਥੇ ਡਿਊਟੀ ਲੱਗ ਰਹੀ ਹੈ ਮੇਰੀ ਡਿਊਟੀ ਇੱਥੇ ਸਾਡੇ ਸਕੂਲ ਦੇ ਬੱਚਿਆਂ ਦੇ ਹਾਂਜੀ ਹਾਂਜੀ ਆ ਤੇ ਬਣ ਗਈ ਗੱਲ ਨਾ ਮੈਡਮ ਤੇ ਮੈਡਮ ਜੀ ਆਜੋ ਫਿਰ ਆਪਾਂ ਦਾ ਘਰ ਆਈ ਹੈ ਚਾਹ ਪਾਣੀ ਪੀ ਲਓ ਬਸ ਬਸ ਚਾਹ ਪਾਣੀ ਤਾਂ ਫਿਰ ਪੀਵਾਂਗੇ ਕਿਤੇ ਫੇਰ ਕਦੋਂ ਜੀ ਇਹ ਕਿਹੜਾ ਟਾਈਮ ਰੋ ਰੋ ਆਜੋ ਜੀ ਤੁਸੀਂ ਬਣਾ ਲਿਓ ਮੇਰੇ ਘਰ ਵਾਲੀ ਵੀ ਗਈ ਹੋਈ ਹੈ ਨਾਲੇ ਤੇ ਤੁਸੀਂ ਬਣਾ ਕੇ ਚਾਹ ਦੋ ਨਾਲ ਪਿਆ ਦੇ ਨਾਲੇ ਤੁਸੀਂ ਪੀ ਲੈਣਾ ਮੈਂ ਪੀ ਲੂਗਾ ਨਾ ਨਾ ਮੈਂ ਨਾ ਡਿਊਟੀ ਤੋਂ ਲੇਟ ਹੋਈ ਜਾ ਰਹੀ ਹਾਂ ਡਿਊਟੀ ਤੇ ਲੇਟ ਹੋ ਤੇ ਨਾਲੇ ਉਹ ਗੁਰਮੀਤ ਕਿਤੇ ਵਾਗੀ ਗੁਰਮੀਤ ਤਾਂ ਚਲੀ ਗਈ ਇਥੋਂ ਉਹ ਤਾਂ ਮੈਨੂੰ ਪਤਾ ਹੈ ਕਿੱਥੇ ਰਹਿੰਦੀ ਹੁਣ ਉਹ ਤਾਂ ਬਸ ਨਾਲ ਦੇ ਪਿੰਡ ਹੀ ਰਹਿੰਦੀ ਹੁਣ ਨਾਲ ਦੇ ਪਿੰਡ ਰਹਿੰਦੀ ਆ ਬਾੜਾ ਹੋਇਆ ਵਿਚਾਰੇ ਨਾਲ ਉਹਦਾ ਨਾ ਸਰਪੰਚ ਨੇ ਠਾਲੇ ਸਰਪੰਚ ਨਾਲ ਕਰੂ ਮੈਂ ਗੱਲ ਉਹਦੇ ਕੋਲ ਜਾਣਾ ਮੈਂ ਕਰਕੇ ਆਉਣਾ ਉਹਦੇ ਨਾਲ ਗੱਲ ਤੇ ਪਰ ਮਾਰ ਲਿਆ ਕੋਲ ਕਿਹੜਾ ਤੁਹਾਡਾ ਘਰ ਹੀ ਸਾਹਮਣੇ ਸਾਂਝੇ ਆਪਦਾ ਘਰ ਹੀ ਸਾਂਝੇ ਤੁਸੀਂ ਕੋਈ ਨਾ ਹੁਣ ਨਾ ਮੈਂ ਲੇਟ ਹੋਈ ਜਾ ਰਹੀ ਹੈਗੀ ਤੇ ਫਿਰ ਕਿਤੇ ਵੇਲੇ ਟਾਈਮ 'ਚ ਦੇਖਾਂਗੇ ਚਲ ਠੀਕ ਹੈ ਠੀਕ ਹੈ ਠੀਕ ਹੈ ਚਲ ਸਤਿ ਸ੍ਰੀ ਅਕਾਲ ਬਸ ਆਏ ਮੈਡਮ ਇੱਥੇ ਡਿਊਟੀ ਕਰ ਲਈ
ਕੋਈ ਗੱਲ ਨਹੀਂ ਕਰਨੀ ਤੂੰ ਮੇਰੋਂ ਸੈੱਟ ਫੇਰ ਹੀ ਹੋ ਗਿਆ ਰੀਤ ਨੂੰ ਰਹਿ ਤੂੰ ਇੱਥੇ ਤੈਨੂੰ ਮੈਂ ਲੈ ਕੇ ਨਹੀਂ ਆਉਂਦਾ ਇਹਨੂੰ ਲੈ ਕੇ ਆਊਂਗਾ ਮੈਂ ਕਾਹਦੇ ਚ ਸਤਿ ਸ੍ਰੀ ਅਕਾਲ ਸਰਪੰਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਬਾਅਦ ਚ ਕਰਦਾ ਗੱਲ ਉਹ ਸਰਪੰਚ ਉਹ ਕਿਵੇਂ ਆ ਠੀਕ ਆ ਵਧੀਆ ਤੂੰ ਦੱਸ ਆਦਾ ਮੈਂ ਤੇ ਵਧੀਆ ਸਰਪੰਚ ਆ ਗੱਲ ਸੁਣ ਯਾਰ ਤੇਰੇ ਤੇ ਸੋਭਾ ਹੀ ਵਾਲੀ ਹੁੰਦੇ ਕਹਿਤ ਕੀ ਸਰਪੰਚ ਉਹਦਾ ਚੰਨੀ ਨੂੰ ਬਣਾ ਆਉਂਦੇ ਉਹ ਨਹੀਂ ਮੈਂ ਕਿਹਾ ਚੰਨੀ ਨੂੰ ਕਿਉਂ ਬਣਾਉਣਾ ਮੈਂ ਆਪਣਾ ਹੈਗਾ ਚਰਨਾ ਦਾਸ ਮੈਂ ਉਹਦੇ ਬਣਾਓ ਬਹੁਤ ਵਧੀਆ ਕੰਮ ਕਰਦੇ ਬਹੁਤ ਵਧੀਆ ਕੰਮ ਕੀਤੇ ਤੂੰ ਤੇ ਤਾਂ ਕਰਕੇ ਮੈਂ ਚਲ ਆਪਾਂ ਮਿਲ ਕੇ ਆਈ ਯਾਰ ਮੈਂ ਦੱਸਦੀ ਉਹਨੂੰ ਖਬਰ ਨਾ ਨਾ ਕੋਈ ਗੱਲ ਨਹੀਂ ਜੇ ਤੈਨੂੰ ਬਣਾਉਂਦੇ ਆ ਨਾ ਫਿਰ ਤੂੰ ਸਰਪੰਚ ਲੈ ਲਾ ਬੜੀ ਵਧੀਆ ਗੱਲ ਹੈ ਤਾਂ ਉਹ ਸਰਪੰਚ ਆ ਉਹ ਬਣਾ ਦੇ ਮੈਨੂੰ ਦਿੰਦੇ ਉਹ ਚਰ ਮੈਂ ਦੀ ਐਸ਼ ਕਰਨੀ ਹੈ ਮੇਰੀ ਜ਼ਿੰਦਗੀ ਐਸ਼ ਕਰਨ ਦੀ ਕਿਹੜਾ ਵੱਡਿਆਂ ਬੰਦਿਆਂ ਦਾ ਕੰਮ ਹੁੰਦਾ ਤੂੰ ਤੂੰ ਸੱਜਦਾ ਤੇਰਾ ਦਾੜਾ ਦੋੜਾ ਵਧੀਆ ਰੱਖਿਆ ਤੂੰ ਸਰਪੰਚ ਸੱਜਦਾ ਉਹ ਮੈਨੂੰ ਕਿਹਨੇ ਕਿਹਾ ਸਰਪੰਚ ਤਾਂ ਕਰਕੇ ਹੁਣ ਤੇਰੀ ਵਾਰੀ ਐਤਕੀ ਐਤਕੀ ਵਾਰੀ ਤੈਨੂੰ ਛੱਡਦੀ ਨਾ ਨਾ ਸਾਡਾ ਮੈਂ ਤੈਨੂੰ ਆਇ ਕਹਿੰਦਾ ਸੀਗਾ ਉਹ ਤਾਂ ਐਵੇਂ ਲੱਗਦਾ ਹੁੰਦਾ ਜੇ ਤੂੰ ਸਰਪੰਚ ਬਣ ਗਿਆ ਤੂੰ ਵੀ ਕੋਈ ਆਈ ਜਾਏਗਾ ਉਹ ਜੱਜੂ ਵਾਲਾ ਵੀ ਮਰ ਸਕਿਆ ਤਾਂ ਕਰਕੇ ਮੈਂ ਤੈਨੂੰ ਤਹਿਣ ਆਇਆ ਮੈਂ ਦੱਸ ਕੀ ਗੱਲ ਮਲ ਕਿਹੜਾ ਮੇਰੇ ਕੰਮ ਹੋਇਆ ਕਰਨਾ ਤੂੰ ਆਪ ਹੀ ਕਰਦਾ ਕਰੀ ਬਸ ਸਰਪੰਚੀ ਆਪਾਂ ਦੇ ਅੱਧੋ ਅੱਧ ਅੱਛਾ ਹਾਂ ਬੜੀ ਤਕੜੀ ਸਕੀਮ ਲਾਈ ਫਿਰ ਤੂੰ ਹੈ ਇਸ ਮੈਂ ਸਰਪੰਚ ਨਹੀਂ ਬਣਦਾ ਸਰਪੰਚ ਤੂੰ ਵੀ ਕੰਮ ਕਰਾਇਆ ਕਰੋ ਹਾਂ ਮੈਂ ਸਰਪੰਚ ਬਸ ਆਪਾਂ ਆੜੀ ਹੋਏ ਫਿਰ ਐ ਤੇਰੀ ਗੱਲ ਸਮਝੀ ਤੂੰ ਸਰਪੰਚ ਜੀ ਨਹੀਂ ਖੜਾ ਹੁੰਦਾ ਜੇ ਤੂੰ ਸਰਪੰਚ ਨਾ ਹੋ ਗਿਆ ਤੈਨੂੰ ਆਇਆ ਕਿ ਸਰਪੰਚ ਨਾ ਹਾਰ ਜੇ ਹਾਂ ਮੈਂ ਡਰ ਚਲਾਦਾ ਮੈਂ ਵੀ ਸਰਪੰਚ ਤੂੰ ਵੀ ਕੰਮ ਮੈਂ ਤੇਰੀ ਗੱਲ ਆੜੀ ਗੱਲ ਸਮਝ ਗਿਆ ਤੂੰ ਕਹਿਣਾ ਕਿ ਹਾਂ ਸਮਝ ਗਿਆ ਤੂੰ ਮੈਂ ਸਮਝ ਗਿਆ ਹੋਰ ਸੁਣਾ ਸਰੋਜ ਤੱਕ ਠੀਕ ਹੈ ਹਾਂ ਮੈਂ ਤਾਂ ਠੀਕ ਹਾਂ ਸਰਪੰਚ ਨਹੀਂ ਕਿੱਥੇ ਹੈ ਬਸ ਸਰਪੰਚ ਤਾਂ ਹੈ ਨਹੀਂ ਗਈ ਵੀ ਕਿਤੇ ਚਾ ਠੀਕ ਹੈ ਚਾ ਮੈਂ ਚਲਾ ਹੀ ਪੁੱਛ ਲਾਂ ਮੈਂ ਅੱਛਾ ਸਰਪੰਚ ਫਿਰ ਲੈ ਆਪਾਂ ਦੀ ਦੋਸਤੀ ਹੋਈ ਗਈ ਲੈ ਕਾ ਥੋੜਾ ਇਹ ਕੰਮ ਆਇਆ ਤੇਰੇ ਵਾਸਤੇ ਤਾਂ ਖੱਬਿਆ ਤਾਂ ਕੰਮ ਲਾ ਸਹਿਣ ਦੇ ਕਰਦੇ ਤੇ ਲੈ ਭਾਈ ਜੇ ਕਰਨ ਵਾਲਾ ਹੋਇਆ ਜ਼ਰੂਰ ਕਰਾਂਗੇ ਓਏ ਸਰਪੰਚਾ ਓਏ ਜੀ ਗੱਲ ਕਰਕੇ ਨਾ ਤੂੰ ਦਿਲ ਨਾ ਤੋੜਿਆ ਕਰ ਤੂੰ ਕੰਮ ਹੀ ਕਰ ਮੈਂ ਜਾਰ ਬਣ ਗਿਆ ਜਾਰੀ ਚ ਜਾਰੀ ਚ ਗਦਾਰੀ ਨਹੀਂ ਕਰੀਦੀ ਹੁੰਦੀ ਹੁਣ ਤੂੰ ਜਾਰ ਆਪ ਤੇ ਮੂੰਹ ਕਹਿ ਮੈਂ ਜਾਰ ਬਣ ਗਿਆ ਤੇਰੇ ਨਾਲ ਨਵੀਂ ਆਪਾਂ ਸਰਪੰਚੀ ਦੋ ਦੋਗੀ ਆ ਪ੍ਰੀਤੋ ਓਏ ਤਾਂ ਹੋਣੀ ਹੋਣੀ ਮੇਰੇ ਕੋਈ ਇਹ ਚੰਗੀ ਲਾਭਾ ਕਰਕੇ ਗਈ ਮੇਰੀ ਉਹ ਤੇਰੀ ਲਾਭਾ ਕਦੇ ਨਾ ਕਰਤੀ ਮੈਂ ਸਾਇਨ ਨਿਕਲੇ ਹੋ ਗਏ ਨਾ ਲਾਭਾ ਕਰਤੀ ਉਹ ਤੂੰ ਲੈ ਕੇ ਆਏ ਜੇ ਉਹ ਤੂੰ ਆਏ ਜੇ ਉਹ ਕਿਉਂ ਵਾਰਦਾ ਵਿਚਾਰੀ ਨੂੰ ਯਾਰ ਉਹਦੇ ਇੰਨੀ ਸਰੀਫ ਆ ਚ 10 ਕਿੱਲੇ ਆਉਂਦੇ ਵਿਚਾਰੀ ਕੋਲ ਦੇ ਲੈ ਮੁੰਡਾ ਬਾਹਰ ਦਿਸ ਗਿਆ ਹੁਣ ਇਕੱਲੀ ਰਹਿੰਦੀ ਆ ਹੁਣ ਉਹ ਨਾ ਕੰਮ ਕਰਨਾ ਵਿਚਾਰੇ ਠੇਕੇ ਦੇ ਦਿੰਦੀ ਆ ਜੇ ਆਪ ਕਰਦੀ ਹੁੰਦੀ ਮਾੜਾ ਮੋਟਾ ਫਿਰ ਤੇ ਕਣਕ ਵੀ ਆਏ ਹੁਣ ਕਣਕ ਤੇ ਹੈ ਨਹੀਂ ਉਹਨਾਂ ਵਿਚਾਰਿਆਂ ਦੇ ਯਾਰ ਤੂੰ ਐਂ ਕਰਿਆ ਕਰ ਮੈਂ ਪੁੰਨ ਵੀ ਬੜੇ ਕਰਦੇ ਆ ਉਹ 10 ਕਿੱਲੇ ਜ਼ਮੀਨ ਦੇ ਉਹਦੇ ਕੋਲੇ ਮੁੰਡੇ ਕੈਨੇਡਾ ਅਮਰੀਕਾ ਗਏ ਵੇ ਆ ਦੋ ਮੁੰਡੇ ਆ ਤੇ ਸੁੱਖ ਨਾਲ ਓਏ ਹਾਂ ਮੈਂ ਆਪ ਕਹਿਣਾ ਖਣ ਜੀ ਸੋਟੀ ਲੱਗਦੀ ਉਹਦੀ ਉਮਰ ਪਤਾ ਕਿੰਨੀ ਆ ਉਮਰ ਲੋਕੋ ਆਹੋ ਬੰਦੇ ਠੰਡੇ ਕੱਪੜੇ ਦਾ 10 20 20 ਹਜ਼ਾਰ ਮੈਂ ਕਹਿੰਦਾ ਉਹਦੇ ਨਾਲ ਵਿਆਹ ਕਰਾਉਣਾ ਯਾਰ ਸਰਪੰਚ ਕਹਿੰਦੀਆਂ ਗੱਲਾਂ ਕਰੀ ਜਾਂਦਾ ਮੈਂ ਤੈਨੂੰ ਕੀ ਕਿਹਾ ਵਿਆਹ ਕਰਾਉਣਾ ਮੈਂ ਤੂੰ ਗੱਲ ਕਰਦਾ ਵੀ ਤੂੰ ਤੇ ਪਾਸੇ ਜਦੋਂ ਲੈ ਇੰਨੀ ਜ਼ਮੀਨ ਜਾਇਦਾਦ ਤਾਂ ਇੰਨੇ ਤਾਂ ਘਰੇ ਰੱਖ ਦੇਖ ਲਈ ਮੰਜੇ ਦੇ ਸਰਾਣੇ 20 30 ਹਜ਼ਾਰ ਰੁਪਏ ਰੱਖਦੀ ਆ ਉਹ ਤੇਰੀ ਗੱਲ ਸਰਪੰਚ ਆ ਤੂੰ ਯਾਰ ਤੂੰ ਛੋਟੀ ਸੋਚ ਤੇਰੇ ਤੇਰੇ ਮਾੜੀ ਜਿੱਤ ਕਰਨਾ ਪਾਤੀ ਮੈਂ ਕੀ ਕਹਾਂ ਜੀ ਮਾੜੀ ਸੋਚੇ ਤਾਂ ਪਾਥੇ ਨਹੀਂਗਾ ਜਦੋਂ ਕੰਮ ਹੀ ਮੇਰੇ ਕੋਲ ਆਏ ਲੈ ਜਾਣਾ ਫਿਰ ਤੂੰ ਬਾਅਦ ਚ ਕਹਿੰਦਾ ਤੂੰ ਮੇਰਾ ਕੰਮ ਨਹੀਂ ਕਰਿਆ ਤੂੰ ਕਿਸੇ ਗਰੀਬ ਦਾ ਕੰਮ ਲੈ ਕੇ ਆ ਉਹ ਗਰੀਬ ਕੀ ਕੰਮ ਆਊਗਾ ਯਾਰ ਤੂੰ ਉਹੀ ਤੇਰੀ ਮਾੜੀ ਸੋਚ ਉਹ ਗਰੀਬ ਕਿਸੇ ਦਾ ਕੰਮ ਨਹੀਂ ਆਉਂਦਾ ਵੱਡੇ ਬੰਦੇ ਕੰਮ ਆਉਂਦੇ ਹੁੰਦੇ ਆ ਤੂੰ ਵੱਡਿਆਂ ਬੰਦੇ ਦਾ ਕੰਮ ਕਰਿਆ ਕਰ ਮੇਰੀ ਆ ਵੀ ਗੱਲ ਛੱਡ ਦੇ ਜਿੱਥੇ ਬੰਦਾ ਗਰੀਬ ਆ ਕੇ ਖੜ ਜੂ ਨਾ ਉੱਥੇ ਤੂੰ ਵੱਡਾ ਬੰਦਾ ਨਹੀਂ ਖੜਦਾ ਹੁੰਦਾ ਤੂੰ ਇੱਕ ਗਰੀਬ ਦਾ ਕੰਮ ਕਰਕੇ ਦੇਖ ਜਿੰਨਾ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਪੂਰੀ ਸੁਣ ਲੈ ਕਰ ਜਿੰਨਾ ਗਰੀਬ ਦੇ ਕੰਮ ਕਰਨ ਚ ਆਪਾਂ ਨੂੰ ਸ਼ਾਂਤੀ ਮਿਲਦੀ ਹੈ ਨਾ ਉਹਨਾਂ ਅਮੀਰ ਦੇ ਕੰਮ ਚ ਸ਼ਾਂਤੀ ਨਹੀਂ ਮਿਲਦੀ ਇੱਕ ਵਾਰੀ ਤੂੰ ਗਰੀਬ ਬੰਦੇ ਦਾ ਕੰਮ ਕਰਕੇ ਦੇਖ ਤੈਨੂੰ 100 ਅਸੀਸਾ ਦੇਊਗਾ ਉਹ ਅਸੀਸਾ ਤੋਂ ਕੀ ਚਾਰ ਪਾਉਣਾ ਕਿਹੜਾ ਪੈਸੇ ਨਹੀਂ ਮਿਲਦਾ ਗੱਲ ਸੁਣਾ ਸਰਪੰਚਾ ਤੂੰ 1000 2000 ਰੁਪਏ ਲੈਣਾ ਉਹ ਦੱਸ ਦੇ ਤੇ ਵੱਡੇ ਬੰਦੇ ਦਾ ਕੰਮ ਹੁਣ ਮੰਤਰੀਆਂ ਦਾ ਕੀ ਕੰਮ ਛੋਟੇ ਬੰਦੇ ਦੀ ਕੋਈ ਨਹੀਂ ਸੁਣਦਾ ਵੱਡਿਆਂ ਨਹੀਂ ਸੁਣਦਾ ਉਹਦੇ ਕੋਲ ਟੈਂਸ਼ਨ ਉਹ ਤੇ ਵੱਡਿਆਂ ਨਹੀਂ ਸੁਣਦੇ ਤੂੰ ਮੰਤਰੀਆਂ ਦੀ ਸੋਚ ਰੱਖਿਆ ਕਰ ਤੂੰ ਸਰਪੰਚ ਵਾਲੀ ਸੋਚ ਰੱਖਾ ਤਾਂ ਇਹ ਤੈਨੂੰ ਅਗਲੀ ਵਾਰ ਨਹੀਂ ਜਿੱਤਨੇ ਦਿੰਦੇ ਮੈਂ ਤਾਂ ਹੀ ਮੈਨੂੰ ਅੱਛਾ ਉਹਦਾ ਅਗਲੀ ਵਾਰ ਜਿੱਤਣ ਭਾਈ ਮੈਂ ਤਾਂ ਕੋਈ ਗੱਲ ਮੈਂ ਤੈਨੂੰ ਹੱਥ ਜੋੜ ਕੇ ਬੈਂਚ ਤੇ ਕਹਿਣਾ ਜਿਹਦੇ ਬਰੋਬਰ ਸੰਦੂਗੜੀ ਧਰ ਲਈ ਬਹੁਤ ਬਹੁਤ ਧੰਨਵਾਦ ਉਹ ਸੰਦੂਗੜੀ ਨਾ ਮੈਂ ਧਰ ਲੈਂਦਾ ਕੋਈ ਗੱਲ ਨਹੀਂ ਸੀ ਮੈਂ ਸਰਪੰਚ ਮੇਰਾ ਆੜੀ ਹੈ ਤਾਂ ਕਿਉਂ ਤੇ ਨਾੜੀ ਪੈ ਗਈ ਯਾਰ ਕਾਇ ਨਾ ਕਰ ਯਾਰ ਤੋ ਆਪਾਂ ਉਹ ਵੀ ਰੱਖ ਬਸ ਕੋਈ ਸਰਪੰਚ ਚ ਕੋਈ ਆੜੀ ਬਾੜੀ ਨਹੀਂ ਹੁੰਦੀ ਤੂੰ ਹੋ ਦੱਸ ਚਾਹ ਪਾਣੀ ਪੀਣਾਗਾ ਉਹ ਚਾਹ ਪਾਣੀ ਤੂੰ ਬਸ ਆਈ ਚਾਹ ਮੇਰੀ ਸਰਪੰਚ ਐ ਨਾ ਕਰਿਆ ਕਰ ਸਰਪੰਚਾ ਤੂੰ ਆੜੀ ਨਾ ਤੋੜਿਆ ਕਰ ਤੂੰ ਮੈਨੂੰ ਕਹਿੰਦਾ ਮੈਂ ਪੈਸੇ ਦਿੰਦਾ ਮੈਂ ਤੈਨੂੰ 50 ਰੁਪਏ ਦਿੰਦਾ ਚੱਕ ਲੈ ਇੱਥੋਂ ਭੱਜ ਜਾ ਪਰ ਮੇਥੋਂ ਸਾਇਨ ਜੇ ਨਾ ਕਰਾ ਬਸ ਮੈਂ ਕਹਿੰਦਾ ਸਰਪੰਚਾ ਇੰਨਾ ਵੀ ਨਹੀਂ ਕਿਰਿਆ ਮੈਂ 50 ਚ ਵੇਚ ਜਾ ਮੇਰੇ ਇੰਨੀ ਕਾਤ ਨਹੀਂ ਆ ਆ ਚੱਕ ਲੈ ਆ 50 ਹੋਰ ਲੈ ਲੈ 50 ਪੂਜ ਨੇ ਇੰਨੇ 100 ਰੁਪਏ ਤੇ ਮੇਰੇ ਢੇਰ ਲੱਗੇ ਹੋਏ ਆ ਚੱਕ ਲੈ ਆ ਚੱਕ ਆ ਵੀ ਲੈ ਜਾ ਆ ਚੱਕ 200 ਹੋ ਗਿਆ ਹੁਣ ਤਾਂ ਉਹ 200 ਨਹੀਂ ਇੰਨਾ ਨਹੀਂ ਸਰਪੰਚ ਇਹ ਤਾਂ ਬੜੀ ਘੱਟ ਆ ਇੰਨੇ ਚ ਮੇਰਾ ਮਾਨ ਕਿੱਥੇ ਵਿਕਣਾ ਲਾ ਯਾਰ ਮੈਂ ਚੰਨੀ ਸਰਪੰਚ ਬਣਨਾ ਇਹ ਜਿਹਾ ਕੰਮ ਨਹੀਂ ਕਰਦਾ ਕੁੱਦਾਂ ਦਾ ਮੈਂ ਜੇ ਨਹੀਂ ਚੱਕਦਾ ਆ ਇਹ ਆ ਲੈ ਹੁਣ ਨਾ ਮੋੜੀ ਫਿਰ ਚੱਕ ਬਸ ਖੁਸ਼ ਹੈ ਇੰਨਾ ਕੋਈ ਬਾਹਰ ਤਗੜਾ ਮਾਨ ਨਹੀਂ 2000 ਤੇ ਵਿਕੀ ਜਾਂਦਾ ਜਾਨੀ ਵਿਕੀ ਜਾਂਦਾ ਨਾ ਚੱਕ ਫਿਰ ਜੇ
ਨਕਲੀ ਚੱਕੀ ਫਿਰਦਾ ਮਜ਼ਾਕ ਕਰਦਾ ਇੰਨਾ ਤੇਰਾ ਦਿਲ ਕਿੱਥੇ ਗਿਆ ਤੈਨੂੰ ਨਕਲੀ ਲੱਗਦੇ ਦਿਲ ਤੇਰਾ ਇੰਨਾ ਦੇਖ ਲਾ जो मेरे पाएगा मैं चंगा काम जो मर्जी लैके आई मैं करके दूंगा गरीबी का काम लैके आई वो भी करके दूंगा दो पाई छबी को ला दू पर गलत काम ना मेरे कराई मैं धरना लाना सरपंच मैं लाना किसान जुनिया फोन में भी आया पुठे काम कर रहा है तो 2000 रुपए लेते हैं मेरे मां बाठ होता नता लाएगा है फिर चल ठीक है नहीं लाना फिर मैं चल ठीक है फिर चैन कर दे वो भाग जा चल मैं जुगाड़ लाने पूछ सरपंच कोई गल नहीं तू काम ही आ जाएगा क्यों ना तू कोई गल नहीं सरपंच खड़ी हूं खड़ो खड़ूंगा खड़ूंगा इनकी फोटो च खड़ूंगा तू कासा सुन ला फिर मेरी हां तेन नी पता के बंदा हो घोड़ा भैन दे लत्ता मारते रहते कुत्ते काम इन्हों सुधर जा सुधर जा कुछ नहीं रखा है काम बंदे आते घर खराब कर लेंगे सियाने वर्गी तीन नहीं है रब्बा पता नहीं लोगों अजकल होया कि ਤਾਨੂੰ ਮੈਂ ਕਿਹੜਾ ਕੁਝ ਜਾਣਦਾ ਨਹੀਂ ਆ ਇੱਥੋਂ ਗਈ ਆ ਹੁਣ ਬਥੇਰਾ ਨੇੜੇ ਨੇੜੇ ਜਾਂਦੀ ਸੀ ਨਾ ਉਹ ਨਾ ਹੇ ਪ੍ਰਮਾਤਮਾ ਵਾਹਿਗੁਰੂ ਦੂਰ ਰੱਖੇ ਨਾ ਕੰਮ ਹੱਥੋਂ ਵਾਹਿਗੁਰੂ 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 ਨੇੜੇ ਵੀ ਨਹੀਂ ਜਾਂਦੇ ਭਾਬੀ ਮੈਂ ਆ ਜਾ ਚੰਨੀ ਤੇ ਸਸਰੀਕਾਰ ਮੈਨੂੰ ਡਿੱਕੀ ਜਾਂਦੀ ਹਾਂ ਤੈਨੂੰ ਡਿੱਕੀ ਜਾਂਦੀ ਸੀ ਮੈਂ ਬਹਿ ਜਾ ਉਹ ਮੈਨੂੰ ਕਿਉਂ ਡਿੱਕੀ ਜਾਂਦੀ ਆ ਲੈ ਖੈਰ ਆ ਖੈਰ ਹੀ ਆ ਹੁਣ ਤੈਨੂੰ ਨਹੀਂ ਪਤਾ ਕੀ ਗੱਲ ਮੈਂ ਕਿਹਾ ਚੱਲ जबल का नाम उन्होंने भी करवा थोड़ा काम मैं 20,000 रुपया एक दो दिन तक इंतजार होगा जो भाभी जी फिर करवा काम 5,000-4,000 रुपया देना पूगा हां मैं तैयार करी बैठी है पैसे तेरी मारी करी बैठी मैंने तो ऐसी भी केड़े वेले तू आ जाए केड़े वेले लै जाए मौका फिर कई बार चल आ जाए ना सानू तो सूट साड़ हो जाए लालच चल सूट सूट साड़ते ला बैठा तू बड़ी स्कीन है तो मैं पता तेरा मैं नखरा ही बड़ा कोई गल नहीं तुम गरीबा बथेरे चेपी रहा जे मैं थोड़े चेपी ला दूंगा फिर की होजूगा सरपंच तो पैसा खाधा नहीं आता मैनू भा जा एक बार सरपंच देखी लले आ बड़ाई करखी है ਵੀ ਹੁਣ ਤਾਂ ਮੇਰਾ ਕਾਰਡ ਬਣਿਆ ਹੀ ਲਈ ਚੰਨੀ ਮੇਰਾ ਕੰਮ ਕਰੂਗਾ ਬਸ ਤੂੰ ਲੱਡੂ ਵੰਡ ਦੇ ਬਸ ਬਣ ਗਿਆ ਤੇਰਾ ਕੰਮ ਬਸ ਆ ਸੈਕਟਰੀ ਬਸ ਆਪਣੇ ਜੇ ਹੁਣ ਸਾਈਨ ਆ ਗਏ ਬਸ ਤੇਰੇ ਹੋ ਗਏ ਹੁਣ ਕੰਮ ਕਰ ਦੋ ਉਹਦੇ ਨਾਲ ਟੈਨਸ਼ਨ ਲੈ ਚੰਗਾ ਮੈਂ ਤਾਂ ਤੇਰੀ ਬਾੜੀ ਸੋਭਾ ਬਣਾਉਂਦੀ ਫਿਰਦੀਆਂ ਮੈਂ ਕਿਹਾ ਚੰਨੀ ਤਾਂ ਪੜਾਕ ਦੇ ਕੇ ਕੰਮ ਕਰਾ ਦਿੰਦਾ ਹਾਂ ਫਿਰ ਸਰਪੰਚ ਨੂੰ ਪਾਰਾ ਫਿਰ ਆਪਾਂ ਇੱਥੇ ਤੋਂ ਪੰਜ ਹੁਣ ਤਾਂ ਮੈਂ ਤੇਰੀ ਲੋੜ ਵਾਲਾ ਸਰਪੰਚ ਕਹਿ ਕੇ ਬੁਲਾਉਂਗੀ ਚੱਲ ਬੁਲਾ ਲੈ ਦੇਖ ਭਾਬੀ ਦੇਖ ਜੇ ਮੈਨੂੰ ਜਿਤਾਇਆ ਹੁੰਦਾ ਆ 5,000 ਦਾ ਲੱਗਦਾ ਨਹੀਂ ਸੀ ਦੇਖ ਕਿੰਨੀ ਗਲਤੀ ਤੁਸੀਂ ਕੀਤੀ ਹੈ ਕਿਤੇ ਮਾਰ ਸੈਕਟਰੀ ਨੂੰ ਕਹਿੰਦੇ ਤਰੋ ਕਰ ਸੈਣ ਇੱਥੇ थले डेगांगे ऐतकी तां वोटां चन्नी नूं पवाऊं सारे पिंड तों सत श्री अकाल भाभी सुती पई है दिखा के गल तेरा सिर तो हट जूगा जे मैं गल सुना तेनू
तेन यकीन तो उदो आऊगा जो तेरे घरे राशन कार्ड आ गया कणक तेरे उत्थे पई हुई मैं तेन दस दा कि मनता हो सरपंच सत श्रीकाल सरपंच किवें आ ला सरपंच साइन कर ला जे तेरा तेरा मान तान मनना मैं तेन कर देना ला चक 100 रुपया बड़िया फोटो लागे पर सारा काम जाओ कर देना पर तकड़े कर दे ठीक है चंगा जी धन्यवाद थोड़ा बहुत बहुत बस आई आंदे रहांगे पता आई सहन करदा रही चंगा ठीक है ऐ मनदा हो भूमे मार जा बे जेने कंजर ने पैसे लेने सी मेनू सीधे ही कह देंदा मैं दे देंदी 2000 ओ भाभी ओ ए बड़े लोग ना ऐ ऊनी पैसे खांदे ए बंदा पचोला भालदे है मैं ताई ने मेनू सरपंच क्यों कहंदे सारे भी मैं ओदा खास बंदा सरपंच दा को जानना मैं ओदे को नाल दिना मेरे सहन करना पर पैसे तो लगते भाभी क्यों ने भी पैसे लाए 15-20 लाख रुपया हम पूरे कितने करूगा कडूगा तो अपने अपने च कडूगा तार के सही गल है चन्नी तेरी हां मैं हूं कोई काम होया करा मेरे को सीधा आया करा ओदे को जान दी मैं तेरे को ही आऊं चन्नी पैसे किवें सरपंच ही सीधा दियो सरपंच ते तन्नू कहता हां ते नाल भाभी फिर चाह चू पियेंगी कदों दुध दी पत्ती प्या दे ले आ जांदे पहला कणक दा गट्टा चलो दो प्या दे हां दो प्याऊंगी चल ठीक है फिर जाना सत श्री अकाल सत श्री अकाल मैं चाह भी पियूं तेनू पहला मेरे घरे कणक ता आउण लग जान दे मैं ता पशुआं नू खुली पाया करूं मैं ता डर गई ए मिले दूजा मैडम जी ता बैठे सत श्री अकाल मैडम जी सत श्री अकाल जी सत श्री अकाल मैडम जी सत श्री अकाल सत श्री अकाल दा ठीक है अगे भी बोलो अगे तो बोलन जी नहीं करदा जी मैडम जी किवें ओ तो ठीक है पढ़ाई वधिया हो जांदी बच्चे दी हां जी हां जी पढ़ाई तो बहुत वधिया चल रही है बहुत वधिया चल रही है ते और ठीक ठाक वधिया ठीक ठाक तुसी दसो अगे ठीक ठाक ठीक ठाक अगे भी कुछ बोलो जी बोलया नहीं जांदा हुण मैं किवें जी कहां थानू गल अच्छा मैं पूछना सी किन्नी की फीस है जी स्कूल दे बच्चों दी ਇਸ ਸਕੂਲ ਦੇ ਵਿੱਚ ਤਾਂ ਕੋਈ ਫੀਸ ਨਹੀਂ ਹੈਗੀ ਬੱਚੇ ਦੀ ਕੋਈ ਫੀਸ ਨਹੀਂ ਹੈ ਨਹੀਂ ਜੀ ਫਿਰ ਇਹ ਤਾਂ ਮਤਲਬ 4-5 ਬੱਚੇ ਮੈਂ ਕਰ ਹੀ ਲਵਾਂ ਹਨਾ ਆ ਠੀਕ ਹੈ ਫਿਰ ਤਾਂ ਵਧੀਆ ਸੁੱਖ ਹੋਗੇ ਫੀਸ ਕਿੰਨੀ ਸਹੂਲਤਾਂ ਹੈ ਇਹਨਾਂ ਬਹੁਤ ਜ਼ਿਆਦਾ ਸਹੂਲਤ ਹੈ ਤੁਹਾਡਾ ਬੱਚੇ ਨਹੀਂ ਹੈਗੇ ਬੱਚੇ ਨੇ ਹੈਗੇ ਜੀ ਪਰ ਗਵਾਂਢੀਆਂ ਦੀ ਹੈ ਜੀ ਕਿਉਂ ਗਵਾਂਢੀਆਂ ਦੇ ਬੱਚਿਆਂ ਨੂੰ ਤੁਸੀਂ ਡਿਵੀਜ਼ਨ ਕਿਵੇਂ ਕਰਵਾ ਰਹੇ ਹੋ ਉਹ ਸੱਕੀ ਗੱਲ ਆ ਪਰ ਮੈਂ ਸਰਪੰਚ ਬਣਨਾ ਜੀ ਅੱਗੇ ਵੋਟਾਂ 'ਚ ਖੜਾ ਹੋਣਾ ਮੈਂ ਪੁੰਨ ਕਰ ਲੈ ਤਾਂ ਕਿ ਸਾਰੇ ਗਵਾਂਢੀਆਂ ਦੇ ਐਡਮਿਸ਼ਨ ਕਰਾਂ ਬੱਚਾ ਪੜਾਓ ਮੈਂ ਬੱਚਾ ਗਿਆਨ ਅੱਜ ਕੱਲ ਮੈਂ ਗਿਆਨ ਦਿੰਨਾ ਹੀ ਵੱਧ ਦੱਸਾਂ ਕਿਵੇਂ ਗੱਲ ਹੈ ਜੀ ਕਿਹੜਾ ਬੱਚਾ ਪੜੂਗਾ ਇਹ ਕਿਹੜੀ ਪੜ੍ਹਾਈ ਵਿੱਦਿਆ ਪੜ੍ਹਾਈ ਨਾ ਬੱਚੇ ਦੇ ਤੀਜਾ ਨੇਤਰ ਹੈਗੇ ਨਾ ਮੈਡਮ ਜੀ ਹਾਂਜੀ ਜੇ ਬੰਦਾ ਨਾ ਪੜ੍ਹਾ ਲਿਖਿਆ ਹੋਊਗਾ ਜੇ ਜਵਾਕਾਂ ਪੜ੍ਹ ਰਹਿ ਜਾਊਗਾ ਬੰਦਾ ਦਿਹਾੜੀ ਕਰੂਗਾ ਗਰੀਬੀ ਮਰੂਗਾ ਗਰੀਬ ਦੇ ਬੱਚੇ ਨੂੰ ਮੈਂ ਕਹਿਣਾ ਵੀ ਤੂੰ ਪੜ੍ਹ ਲਿਖ ਕੇ ਤੂੰ ਦੇਸ਼ ਦਾ ਰੋਸ਼ਨ ਨਾਮ ਕਰੇਗਾ ਤਾਂ ਕਿ ਉਹਨਾਂ ਦੇ ਐਡਮਿਸ਼ਨ ਕਰਾਉਣਾ ਜੀ ਤਾਂ ਕਿ ਮੈਂ ਤੁਹਾਡੇ ਕੋਲ ਆਇਆ ਸੀ ਮੈਂ ਕਿਸੇ ਗਰੀਬ ਦਾ ਭਲਾ ਹੋ ਜੀ मैं दूरी बार पढ़ के देख ली मैं छोटी पढ़ाई पहला मास्टर दे कोट वाली मारते सी हुण तुसी प्यार जी नाल पढ़ाओगे हां समझ गए तुसी ठीक है मैडम जी गल सुनो जी तुसी आ जांदे घरे छड चाह पानी पी जांदे जी ਸਾਡੇ ਕੋਲ ਕਿਹੜਾ ਇੰਨਾ ਟਾਈਮ ਹੁੰਦਾ ਚਲ ਮੈਂ ਸੋਚੂਗੀ ਜਸਾ ਕਿ ਤੁਹਾਡਾ ਮੈਂ ਧੰਨਵਾਦ ਕਰਨਾ ਹੋਰ ਤਾਂ ਮੈਂ ਕੋਈ ਕਰ ਨਹੀਂ ਸਕਦਾ ਤੁਹਾਡੇ ਵਾਸਤੇ ਗਿਫਟ ਗੁੱਟ ਮੈਂ ਪਾਗਲ ਬੰਦਾ ਲੈ ਕੇ ਨਹੀਂ ਗਿਫਟ ਗੁੱਟ ਲੈ ਤੁਸੀਂ ਇੰਨੀ ਮਿਹਨਤ ਕਰਦੇ ਹੋ ਆਦੇ ਟੈਸਟ ਤੁਸੀਂ ਚੈੱਕ ਕਰੀ ਜਾਂਦੇ ਹੋ ਦੇ ਬਾਲੇ ਬੱਚਿਆਂ ਨੂੰ ਦੇਖ ਛੋਟੇ ਕਰਕੇ ਜੇ ਤੁਸੀਂ ਬੱਚਿਆਂ ਨੂੰ ਪੜਾਉਣੇ ਹੋ ਬੱਚਾ ਦੇਖ ਕੋਈ ਉਹ ਬਣਦਾ ਵਕੀਲ ਬਣਦਾ ਕੋਈ ਡਾਕਟਰ ਬਣਦਾ ਛੋਟੇ ਸਿਰ ਤੇ ਬਣਦਾ ਤੁਸੀਂ ਉਹ ਦੇਸ਼ ਦੀ ਨਹੀਂ ਹੋ ਜੇ ਛੋਟੇ ਮਤਾਈ ਨੇ ਕਹਿਣਾ ਮੈਂ ਮਾਸਟਰ ਜੀ ਜਿੰਦਾਬਾਦ ਮੈਡਮ ਜੀ ਜਿੰਦਾਬਾਦ ਤਾਂ ਕਰਕੇ ਹੁਣ ਕਿਹੜੇ ਸਰਪੰਚ ਮੈਂ ਕਹਿ ਕਰੂੰ ਨਹੀਂ ਤੁਸੀਂ ਮੈਡਮ ਨੂੰ ਕਹਿ ਕਰੋ ਜਿੰਦਾਬਾਦ ਠੀਕ ਹੈ ਮੈਡਮ ਜੀ ਕੋਈ ਗੱਲ ਨਹੀਂ ਚਲ ਠੀਕ ਹੈ ਮੈਡਮ ਫਿਰ ਮੈਂ ਕੱਲ ਨੂੰ ਆਉਂਗਾ ਜਗਾ ਚਲੋ ਠੀਕ ਹੈ ਮੈਂ ਐਡਮਿਸ਼ਨ ਲੈ ਕੇ ਆਉਂਗਾ ਬੱਚੇ ਤੁਸੀਂ ਬੱਚੇ ਨੂੰ ਲੈ ਹੀ ਆਇਓ ਕੱਲ ਨੂੰ ਹਾਂ ਜੀ ਮਿਲ ਕੇ ਮੈਂ ਲੈ ਆਉਂਗਾ ਪੱਕਾ ਜੀ ਇਹ ਤਾਂ ਹੋ ਜਾਣਾ ਇੱਥੇ ਲਾਰਾ ਲਾ ਜਾਓ
ਨਾ ਨਾ ਬੱਚੇ ਇਕੱਲੇ ਆ ਕੇ ਖੜ ਜਾ ਨਹੀਂ ਨਹੀਂ ਮੈਡਮ ਜੀ ਲੈ ਕੇ ਆਉਂਗਾ ਬੱਚਾ ਜੇ ਮਿਲ ਗਿਆ ਤਾਂ ਕੋਈ ਲੈ ਕੇ ਆਉਂਗਾ ਮਤਲਬ ਉਹਨੂੰ ਕਿਹੜਾ ਮਾਰਨਾ ਚੱਲ ਠੀਕ ਹੈ ਸਤਿ ਸ਼੍ਰੀ ਅਕਾਲ ਮੈਡਮ ਜੀ ਚੰਗਾ ਕਿਹੋ ਜਿਹੇ ਨੇ ਉਹੀ ਉੱਠ ਕੇ ਆ ਜਾਂਦੇ ਨੇ ਟਾਈਮ ਬਰਬਾਦ ਕਰਨ ਨੂੰ ਕੋਈ ਬੱਚਾ ਨਹੀਂ ਕੋਈ ਵਿਆਹ ਨਹੀਂ ਸਾਦੀ ਨਹੀਂ ਹਜੇ ਸੁਪਨੇ ਪਹਿਲਾਂ ਹੀ ਨਰਾਜ ਮਹਿਲਾਂ ਦੇ ਲੈਣ ਦੇ ਸ਼ੁਰੂ ਹੋ ਜਾਂਦੇ ਨੇਗੇ ਸਰਿਆ ਪਿਆ ਚੱਲ ਮੈਂ ਨਾ ਆਪਦਾ ਹੀ ਕੰਮ ਕਰ ਪਹਿਲਾਂ ਮੈਂ ਸਰਪੰਚ ਤੂੰ ਤਾਂ ਦੋ ਬੁਲਾਈ ਹੈ ਲੱਗ ਗਿਆ ਤੇਰਾ ਪਤਾ ਉਹ ਕੀ ਕਰਤਾ ਮੈਂ ਹੁਣ ਕੀ ਕਰਤਾ ਵੀ ਜੇ ਤੂੰ ਪੈਸੇ ਲੈਣੇ ਸੀ ਮੈਨੂੰ ਸਿੱਧੇ ਹੀ ਕਹਿ ਦਿੰਦਾ ਕਾਹਦੇ ਪੈਸੇ ਆ ਰਾਸ਼ਨ ਕਾਰਡ ਦੇ ਜਿਹੜਾ ਕਣਕ ਵਾਲਾ ਕਾਰਡ ਬਣਵਾਇਆਗਾ ਓਏ ਹੁਣ ਤੂੰ ਪੈਸੇ ਨਹੀਂ ਉਹ ਮੈਂ ਕਦੋਂ ਪੈਸੇ ਲੈਣਾ ਮੈਂ ਤਾਂ ਇਹ ਕੰਮ ਕਰਦੇ ਨਹੀਂਗਾ ਮੈਨੂੰ ਪੈਸਿਆਂ ਦੀ ਕੀ ਲੋੜ ਆ ਵੇ ਬਹਿ ਜਾ ਤੂੰ ਚੰਨੀ ਤੋਂ ਲੈਤੇ ਨਹੀਂ ਮੈਨੂੰ ਸਾਰਾ ਪਤਾ ਤੂੰ ਮੈਂ ਤਾਂ ਸਿੱਧੇ ਹੀ ਕਹਿ ਦਿੰਦਾ ਮੈਨੂੰ ਮੈਂ ਹੀ ਦੇ ਦਿੰਦੀ ਤੈਨੂੰ ਪੈਸੇ ਕਹੋ ਤੈਨੂੰ ਚੰਨੀ ਨੂੰ ਤਾਂ ਮਾਰ ਦਿੱਤਾ 2100 ਰੁਪਇਆ ਮਾਹ ਮੇਰਾ ਖੜਾ ਬੈਠਾ ਮੇਰੇ ਕੋਲ ਸੈਂਡ ਜੇ ਕਰਾਉਣਾ ਆਇਆ ਸੀਗਾ ਮੈਂ ਤਾਂ ਲਊਂਗਾ ਹਾਂ ਦਿੱਤਾ ਤਾਂ ਚੰਨੀ ਨੂੰ ਨਾ ਤੂੰ ਕਾਹਦਾ ਦਿੱਤਾ ਵੀ ਚੰਨੀ ਨੇ 2100 ਰੁਪਇਆ ਬਾਇਆ ਉਹ ਮੈਂ ਕਾਹਦਾ ਦੇਣਾ ਸੀ ਉਹਨੂੰ 2100 ਰੁਪਇਆ ਐਂ ਦਿੱਤਾ ਸੀ ਮੈਂ ਕਿਹਾ ਮੇਰਾ ਖੜਾ ਛੱਡ ਦੇ ਰੋਜ਼ ਹੀ ਫਾਰਮ 'ਚ ਲੈ ਕੇ ਆ ਜਾਂਦਾ ਸੀ ਤਾਂ ਦਿੱਤਾ ਸੀ ਮੈਥੋਂ ਹੀ ਮੈਂ ਗਲਤ ਕੰਮ ਹੁੰਦਾ ਕਿਸੇ ਦਾ ਵੇ ਮੈਨੂੰ ਪਤਾ ਹੀ ਹੈ ਆਏ ਕੌਣ ਪੈਸੇ ਵੰਡਦਾ ਫਿਰਦਾ ਕਿਸੇ ਨੂੰ ਕਿਸੇ ਗਾਉਂਦੇ ਮਾਰੇ ਨਹੀਂ ਦਿੱਤਾ 2100 ਤੂੰ ਤਾਂ ਕਮਲੀ ਹੋਈ ਫਿਰਦੀ ਆ ਉਹਦੇ ਮਗਰ ਲੱਗੀ ਫਿਰਦੀ ਆ ਉਹ ਐਂ ਕਰੀ ਉਸ ਵਾਲੀ ਕਣਕ ਖਾਲੀ ਲੈ ਕੇ ਹੁਣ ਮੈਨੂੰ ਬਾਹਲੀਆਂ ਕੱਢਣੇ ਆਉਂਦੀਆਂ ਇੱਕ ਗੱਲ 'ਚ ਨਿਬੇੜ ਦਿੰਦਾਗਾ ਉਹ ਤੇ ਜਿਹੜਾ ਠੱਗੀ ਮਾਰਦਾ ਫਿਰਦਾ ਹੋ ਨਾ ਤਾਂ ਮੈਥੋਂ ਲੈ ਗਿਆ ਨਾ ਤੇ ਇੱਥੋਂ ਲੈ ਗਿਆ ਤੈਨੂੰ ਵੀ ਲੁੱਟ ਕੇ ਲੈ ਗਿਆ ਇੱਥੇ ਮੈਨੂੰ ਲੁੱਟਣ ਲੱਗਿਆ ਮੈਂ ਤਾਂ ਖੜਾ ਛੜਾਉਂਦਾ ਸੀਗਾ ਵੀ ਮੇਰਾ ਖੜਾ ਛੱਡ ਦੇ ਰੋਜ਼ ਹੀ ਕਾਗਜ਼ 'ਚ ਲੈ ਕੇ ਆ ਜਾਂਦਾ ਸੀ ਮੇਰੇ ਕੋਲ ਦੁਬਾਰੇ ਨਹੀਂ ਮੈਂ ਤਾਂ ਉਹ ਤਾਂ ਦਿੱਤਾ ਸੀਗਾ ਆਹੋ ਦੋ ਨੰਬਰ ਦਾ ਪੈਸਾ ਤੇਰੇ ਕੋਲੇ ਬਥੇਰਾ ਪੈਸਾ ਖਾਨੇ ਤਾਂ ਹੀ ਤਾਂ 2000 ਬਣਦਾ ਫਿਰਦਾ ਵੀ ਬਹਾਨ ਬੋਟਾ ਪੱਕੀਆਂ ਕਰ ਲਾਂ ਉਹ ਕੁਛ ਨਹੀਂ ਬਣਦਾ ਉਹਦੇ ਮਗਰ ਲੱਗੀ ਪਈ ਆ ਤੈਨੂੰ ਤਾਂ ਹੁਣ ਮੈਂ ਬੁਰਾ ਲੱਗਦਾ ਕਿਉਂ ਮੈਂ ਸਾਇਨ ਨਹੀਂ ਕੀਤੇ ਮੈਂ ਤੈਨੂੰ ਬਾਰੀ ਬਾਰੀ ਦੱਸੀ ਆ ਨਾ ਕੁਛ ਨਹੀਂ ਉਹਦੇ ਪੱਲੇ ਕਿਉਂ ਆਲਾ ਉਹਨੂੰ ਘਰ ਖਵਾਈ ਜਾਂਦੀ ਕੋਈ ਇੱਥੇ ਤੇਰੇ ਕਾਰਡ ਨਹੀਂ ਬਣ ਕੇ ਆਉਂਦੇ ਕੋਈ ਤੇਰੇ ਇੱਥੇ ਕਣਕ ਨਹੀਂ ਆਉਂਦੀ ਇੱਥੇ ਵੇ ਬਣੂਗਾ ਕਾਰਡ ਤਾਂ ਮੇਰਾ ਬਣੂਗਾ ਜਾ ਗਿਆ ਨਾ ਮਹੀਨੇ ਨੂੰ ਕਾਰਡ ਤੈਨੂੰ ਦਿਖਾ ਕੇ ਜਾਉਂ ਚੰਗਾ ਹਾਂ ਉਸ ਇਹਨੂੰ ਆ ਚੱਕੀ ਦੇ ਭਈ ਆਟੇ ਨੂੰ ਪਿਆ ਲੂੰਗੀ ਪਿਆ ਲੂੰਗੀ ਪਿਆ ਲੂੰਗੀ ਓ ਹੈਲੋ ਉਹ ਕਾਲੀ ਜੀ ਵਾਲਿਆ ਉਹ ਤੇਰੇ ਮੈਂ ਕੱਛੂ ਜਿਹਾ ਮਾਰ ਕੇ ਸਿਰ ਪਾੜ ਦੇਣਾ ਉਹ ਤੂੰ ਮੇਰਾ ਦੋਸਤ ਹੈ ਦੁਸ਼ਮਣ ਹੈ ਉਹ ਦੋਸਤ ਮੇਰਾ ਦੁਸ਼ਮਣ ਹੀ ਇੱਕ ਤਰ੍ਹਾਂ ਦਾ ਯਾਰ ਚੱਲ ਠੀਕ ਮੇਰਾ ਹੋਣਾ ਸਰਪੰਚ ਜੀ ਖੜਾ ਬੇਚੰਨੀ ਚੰਗਾ ਚੰਗਾ ਆਪ ਵੀ ਆ ਰਿਹਾ ਬੈਠ ਦੋ ਵੀ ਪੈਰ ਨਾ ਬਹਿ ਕੇ ਨਹੀਂ ਮੈਂ ਤਾਂ ਅੱਜ ਖੜ ਕੇ ਗੱਲ ਕਰੂੰ ਉਹ ਕੀ ਹੋ ਗਿਆ ਹੋਣਾ ਕੀ ਹੈ ਨਾ ਤੂੰ ਠੱਗੀਆਂ ਮਾਰਦਾ ਫਿਰਦਾ ਵੀ ਨਾ ਤਾਂ ਮੇਥੋਂ ਪੈਸੇ ਖਾ ਗਿਆ ਤੂੰ 5000 ਨਾਲੇ ਤੂੰ ਸਰਪੰਚ ਤੋਂ ਲਿਆ 2100 ਰੁਪਇਆ ਮੈਂ ਤੂੰ ਕਦੋਂ ਫੜੇ ਪੈਸੇ ਕਾਹਦੇ ਵਾਸਤੇ ਮੈਂ ਕਹਿੰਦੀ ਆ ਮੈਂ ਬੈਠਣਾ ਤਾਂ ਹੈ ਨਹੀਂ ਸੀ ਚੱਲ ਬਹਿ ਜਾਂਦੀ ਆ ਮੈਂ ਤੂੰ ਫੜੇ ਕਿਉਂ ਨਹੀਂ ਵੇ ਤੂੰ ਮੈਨੂੰ ਕਾਰਡ ਨਾਲ ਫੜ ਕੇ ਉਹ ਠੀਕ ਹੈ ਤੇਰੇ ਕਾਰਡ ਬਣਾ ਕੇ ਦਿਓ ਉਹ ਠੀਕ ਹੈ ਜਿਆਦਾ ਆਗੇ ਜਿਆਦਾ ਆਗੇ ਤੇ ਮੈਂ ਹੋਰ ਕਿਤੇ ਫੜੇ ਪੈਸੇ ਤੇ ਸਰਪੰਚ ਤੋਂ 2100 ਰੁਪਇਆ ਖਾਦਾ ਆ ਹੁਣੇ ਮੈਂ ਟਾਕਰਾ ਲਾ ਕੇ ਆਈ ਆ ਸਰਪੰਚ ਨਾਲ ਓਏ ਉਹ ਸਰਪੰਚ ਤੋਂ ਠੀਕ ਹੈ ਠੀਕ ਹੈ 2100 ਫੜਿਆ ਨਹੀਂ ਮੈਂ ਉਹਨੂੰ ਦਿੱਤਾ ਸੀ ਉਹ ਕਦੇ ਭਾਬੇ ਦਿਮਾਗ ਲਾ ਕੇ ਦੇਖ ਤੂੰ ਸਿਆਣੀ ਮੈਣੀ ਹੈ ਇੰਨੀ ਤੇਰੀ ਉਮਰ ਹੈ ਸਾਰਾ ਬਾਲ ਬੱਚਾ ਤੇ ਚੋਰ ਵੀ ਕਹਿਆ ਹੁੰਦਾ ਵੀ ਮੈਂ ਚੋਰੀ ਕੀਤੀ ਹੈ ਹਾਂ ਹਾਂ ਤਾਂ ਤੇਰੀ ਠੀਕ ਹੈ ਚੰਨੀ ਹਾਂ ਉਹ ਚੋਰ ਸਾਰੇ ਕਹਿ ਹੁੰਦੇ ਹੁਣ ਉਹ ਆਇਆ ਥੋੜੀ ਦੱਸੂ ਮੈਂ 2100 ਰੁਪਏ ਦੇ ਕੇ ਸਾਈਨ ਕੀਤੇ ਆ ਉਹ ਤੇਰਾ ਆਸਨ ਕਾਲ ਚੱਲਿਆ ਪਿਆ ਮੋਦੀ ਨੇ ਤੋੜਤਾ ਸਾਈਨ ਉਹ ਸਟੈਂਪ ਲਾ ਕੇ ਸਿੱਧੀ ਆਈ ਜਾਂਦਾ ਸਿੱਧੀ ਆ ਜਾਂਦਾ ਮੈਨੂੰ ਐਂ ਦੱਸ ਵੀ ਕਹਿ ਜਨਾਂ ਨੂੰ ਆ ਜਾਊਗਾ 10-15 ਦਿਨ ਤਾਂ ਲੱਗ ਹੀ ਜਾਂਦੇ ਆ ਤੇ ਕਿੱਦੇ ਦਾ ਮੈਨੂੰ 15 ਦਿਨ ਕਹੀ ਜਾਂਦਾ ਤੂੰ ਉਹ ਮੋਦੀ ਕੋ ਸਿਕਿਉਰਿਟੀ ਦੇ ਕਿੰਨੀ ਹੁੰਦੀ ਆ ਹੁਣ ਬੰਦੇ ਦੇ ਲਾ ਕਰੋ 150-200 ਬੰਦਾ ਬੰਦਾ ਇਕੱਲੇ ਇਕੱਲੇ ਕੋਲ ਸਾਈਨ ਕਰਾ ਕੇ ਆਊਗਾ ਫਿਰ ਹੌਲੀ ਹੌਲੀ ਆਊਗਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਛੇਤੀ ਪਤਾ ਕਰਕੇ ਦੱਸ ਮੇਰਾ ਕਾਰਡ ਆਊਗਾ ਕਦੋਂ ਹੁਣ ਮੋਦੀ ਦੇ ਲੈ ਯਾਰ 3 ਕਰੋੜ ਬੰਦੇ ਆ ਹੁਣ ਕਰੋੜਾਂ ਦਾ ਬੰਦਾ ਉੱਥੇ ਹੁਣ ਕਰੋੜਾਂ ਚ ਤੇਰਾ ਰਾਸ਼ਨ ਕਾਰਡ ਮਸਾ ਭੇਜੂਗਾ ਹੁਣ ਸਾਈਨ ਸੂਨ ਕਰਵਾ ਦੇ ਸਾਰਾ ਕੋ ਸੈਕਟਰੀ ਕਹਿੰਦਾ ਚੱਲਿਆ ਹੋਇਆ ਹੁਣ ਸਾਰੇ ਹੌਲੀ ਹੌਲੀ ਚਿੱਠੀਆਂ ਆਉਣਗੀਆਂ ਹੁਣ ਤੇਰੇ ਕੋਲ ਵੀ ਆ ਹੀ ਜਾਊਗੀ ਨਾ ਦੱਸ ਮੈਨੂੰ ਕਹਿੰਦੇ ਸੀ ਭਾਬੀ 5000 ਰੁਪਏ ਲੱਗੂ ਭੇ ਛੇਤੀ ਕਰਵਾ ਦੂੰ ਕਿੰਨਾ ਹੋ ਗਿਆ ਦੇ ਭਾਬੀ ਕਈਆਂ 2-2 ਸਾਲ ਲੱਗ ਜਾਂਦੇ ਆ ਤੇਰੇ ਗਵਾਂਢੀ ਦੇ 3 ਸਾਲ ਲੱਗੇ 3 ਸਾਲਾਂ ਬਾਅਦ ਆਏ ਰਸਨ ਤੇ ਇਹਦੇ ਹੋਏ ਸਾਰੇ ਮਹੀਨਾ ਜੇ ਮੈਂ ਦੱਸ ਇੰਨਾ ਟਾਈਮ ਕਿਹੜਾ ਵੇਟ ਕਰੇ ਮੈਂ ਕਰ ਪਤਾ ਫਰੈਂ ਕਰ 5000 ਹੋਰ ਦੇ ਦੇ ਆਪਾਂ ਛੇਤੀ ਮੰਗਵਾ ਲੈਣੇ ਤੈਨੂੰ ਜਈ ਖੜੀਆਂ ਧਾਮੇ ਤੈਨੂੰ ਲੈ ਫਿਰ ਤਾਂ ਲਾਕੀ ਬੰਦ ਲਿਆ ਮੈਨੂੰ ਖਾਣ ਤੇ ਮੈਂ ਇਹਦੇ ਤੇਰੇ 1 ਰੁਪਿਆ ਨਾ ਖਾਵਾਂ ਰੱਬ ਨੂੰ ਜਾਨ ਦੇਣੀ ਆ ਮੈਂ ਨਾ ਭਾਬੀ ਤੇਰਾ ਖਾ ਕੇ ਦੇਖ ਤੇਰੀ ਗਰੀਬੀ ਨਾ ਪਾਇਆ ਰੁਪਿਆ ਖਾ ਕੇ ਮਰਨਾ ਮੈਂ ਤੋਂ ਵੀ ਕੀੜੇ ਪੈਣਗੇ ਸੁੰਡ ਪੈਣਗੇ ਰੇ ਓਏ ਲੋਹੇ ਦੇ ਨਾ ਨਾ ਭਾਬੀ ਮੈਂ ਇਹ ਜਿਹਾ ਕੰਮ ਨਹੀਂ ਕਰਦਾ ਨਾ ਨਾ ਉਹ ਸੈਕਟਰੀ ਨੇ ਲੈਣੇ ਸੀ ਤੇ ਸਰਪੰਚ ਆ ਕੀੜੇ ਪੈਣ ਸਰਪੰਚ ਦੇ ਇਹਨੇ ਲੱਤੇ ਆ ਪੈਸੇ ਮੈਂ ਤੇਰਾ ਤੇ 1 ਰੁਪਿਆ ਨਹੀਂ ਕਰਦਾ ਮੇਰੀ ਗੱਲ ਸੁਣ ਲੈ ਸਰਪੰਚ ਮੈਨੂੰ ਅੱਜ ਮੇਰਾ ਮਾਰ ਕੇ ਨੰਗਿਆ ਮੈਨੂੰ ਕਹਿੰਦਾ ਕਾਰਡ ਵਾਲੀ ਕਣਕ ਹੀ ਖਾਈ ਹੁਣ ਕੋਈ ਨਾ ਕਾਰਡ ਵਾਲੀ ਖਵਾਉਂਗਾ ਕੋਈ ਗੱਲ ਨਹੀਂ ਕਾਰਡ ਮੇਰੇ ਆਉਂਦੀ ਹੈ ਕਣਕ ਮੈਂ ਤੈਨੂੰ ਦੇ ਦੂੰ ਕਣਕ ਤੋਂ ਮੈਂ ਉਹੀ ਕਾਰਡ ਦੇ ਆ ਤੂੰ ਕਾਰਡ ਵਾਲੀ ਲੈਣੀ ਹੈ ਕਣਕ ਸਾਡੇ ਆਉਂਦੀ ਹੈ ਤੂੰ ਤਾਂ ਚਾਹੀਦਾ ਮੈਂ ਤਾਂ ਸਰਪੰਚ ਨੂੰ ਦਿਖਾਉਣਾ ਹੈ ਵੀ ਮੇਰੇ ਘਰੇ ਤਾਂ ਪਿਆ ਕੱਟਾ ਕਣਕ ਦਾ
ਫਿਰ ਮੇਰੇ ਘਰੋਂ ਮੇਰਾ ਗੱਟਾ ਚੱਕ ਕੇ ਦਿਖਾਉਣੀ ਹੈ ਤੂੰ ਕਰ ਲੈ ਓਏ ਨਹੀਂ ਆਪਦੀ ਗੱਲ ਕਾਪਦੀ ਹੁੰਦੀ ਹੈ ਗੱਲਾਂ ਗੋਲ ਗੋਲ ਨਾ ਕਰ ਚੰਨੀ ਚੱਲ ਤੂੰ ਤਾਂ ਮੈਨੂੰ ਭੰਗ ਭਾਣੇ ਪਾਉਂਦਾ ਦੀ ਨਾ ਗੱਲ ਹੁਣ ਵੀ ਚੱਲ ਉਹ ਨਾ ਭਾਬੀ ਉਹ ਤੂੰ ਇੰਨੀ ਸੋਹਣੀ ਸੁਨੱਕੀ ਹੈ ਲੈ ਏ ਮੈਂ ਤੇਰਾ ਕੰਮ ਨਾ ਕਰੂੰਗਾ ਤਾਂ ਹੋਰ ਕਰੂੰਗਾ ਕਿਹੜਾ ਦੇ ਲੈ ਲੈ ਤੂੰ ਤਾਂ ਮੈਂ ਹਾਂ ਤੂੰ 16 ਸਾਲ ਦੀ ਲੱਗਦੀ ਹੈ ਮੈਂ ਤਾਂ ਕਿੱਥੇ ਸੋਹਣੀ ਲੱਗਦੀ ਹੈ ਬਾਲੀ ਸੋਹਣੀ ਲੱਗਦੀ ਹੈ ਭਾਬੀ ਸੱਚੀ ਤੇਰੇ ਨਾਲ ਵੀ ਕਿੱਥੇ ਮੇਲ ਮੇਰਾ ਹਾਂ ਬਾਲੀ ਸੋਹਣੀ ਲੱਗਦੀ ਹੈ ਤੂੰ ਤੇ ਵੀ ਆ ਇਧਰ ਮੂੰਹ ਜਿਹਾ ਕਰਕੇ ਕੀ ਕਹਿੰਦੇ ਸੀ ਕੁਝ ਕਹਿਦੀ ਉਹ ਸੰਗ ਜੀ ਆਉਂਦੇ ਤੇਰੇ ਤੋਂ ਮੈਂ ਹਾਏ ਕਿੱਧਰ ਭੱਲੇ ਸੀ ਸੰਗਿਆ ਨਾ ਕਰ ਬਸ ਠੀਕ ਹੈ ਭਾਬੀ ਚਲਾ ਕਰ ਭਾਬੀ ਤੂੰ ਚੱਲ ਫਿਰ ਮੈਂ ਤੇਰੇ ਕੋਲ ਆਉਣਾ ਠੀਕ ਹੈ ਕਿਉਂ ਡਰ ਲੱਗਦਾ ਉਹ ਡਰ ਨਹੀਂ ਮੇਰੇ ਘਰ ਵਾਲੀ ਨਾ ਆ ਜੇ ਮੈਂ ਤਾਂ ਆਰ ਕਿਤਾ ਲੱਗਦਾ ਤਾਂ ਮੈਂ ਵੀ ਜਾਨੀ ਹਾਂ ਨਾ ਮੈਨੂੰ ਵੀ ਗੁੱਤ ਪਟਾਉਣੀ ਔਖੀ ਹੋਈ ਹਾਂ ਜਾ ਜਾ ਭੈਣ ਦੇ ਫਰੈਂਕ ਹੀ ਉਹਦੇ ਮਾਰੀ ਤਰੀਫ ਕੀ ਕਰ ਉਲਟੀ ਕਰਦੀ ਹੈ ਤਾਂ ਭਾਬੀ ਮੈਂ 16 ਸਾਲ ਦੀ ਲੱਗਦੀ ਹੈ ਲੈ ਚੰਨੀ ਸੱਚੀ ਲੱਗਦੀ ਹੈ ਭੈਣ ਦੇ ਬੜੀ ਮੈਨੂੰ ਦੂਜਾ ਬਾ ਦੂਜਾ ਬਾ ਦੂਜਾ ਬਾ ਦੂਜਾ ਬਾ